ਵਜਨ ਹੋਊਗਾ ਘੱਟੋ ਘੱਟ ਬਾਈ 5-6 ਕੁਇੰਟਲ ਏਅਰਬੋਰਡ ਤਾਂ ਆਰਾਮ ਨਾਲ ਹੋਊਗਾ ਜੀ। ਸ਼ੌਂਕ ਦੇ ਬਾਰੇ ਕਿਹਾ ਜਾਂਦਾ ਹੈ ਕਿ ਸ਼ੌਂਕ ਜੇ ਤੁਹਾਡਾ ਰੁਜ਼ਗਾਰ ਬਣ ਜੇ ਤਾਂ ਸਭ ਤੋਂ ਵੱਧ ਮਨ ਨੂੰ ਸ਼ਾਂਤੀ ਵੀ ਦਿੰਦਾ ਔਰ ਮੁਨਾਫਾ ਵੀ ਵਧੇਰੇ ਹੁੰਦਾ। ਤਾਂ ਦੱਸ ਦੇ ਕਿ ਅੱਜ ਤੁਹਾਨੂੰ ਲੈ ਕੇ ਆਏ ਹਾਂ ਇੱਕ ਬਾਈ ਹੋਣਾ ਦੇ ਕੋਲ, ਜਸਮਿੰਦਰ ਬਾਈ ਹੋਣਾ ਦਾ ਨਾਮ ਹੈ ਔਰ ਬਾਈ ਹੋਣਾ ਨੇ ਬਹੁਤ ਸ਼ਾਨਦਾਰ ਜਿਹੜੀ ਕਲੈਕਸ਼ਨ ਕੀਤੀ ਹੋਈ ਹੈ ਜਾਨਵਰਾਂ ਦੀ ਜਿਹੜੀ ਹੈ, ਤਾਂ ਦੇਖ ਸਕਦੇ ਹੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਇਹਨਾਂ ਦੇ ਕੋਲ 200 ਦੇ ਕਰੀਬ ਸਾਰੇ ਪੰਛੀ ਔਰ ਵਿੱਚ ਜਾਨਵਰ ਵਿੱਚ ਕਬੂਤਰ ਵੀ ਹੈਗੇ ਨੇ ਕਾਫੀ ਤਰ੍ਹਾਂ ਦੇ, 12-13 ਕਿਸਮ ਦੇ ਕਬੂਤਰ ਨੇ ਬਾਈ ਹੋਣਾ ਕੋਲ। ਔਰ ਜੇ ਕੁੱਕੜਾਂ ਦੀ ਗੱਲ ਕਰੀਏ, ਮੁਰਗਿਆਂ ਦੀ ਗੱਲ ਕਰੀਏ, ਤਾਂ 10-12 ਕਿਸਮ ਦੇ ਮੁਰਗੇ ਨੇ, ਖਰਗੋਸ਼ ਨੇ 7-8 ਤਰ੍ਹਾਂ ਦੇ। ਜਸਮਿੰਦਰ ਮੇਰੇ ਨਾਲ ਬਾਈ ਹੋਣੀ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਦੇ। ਧੰਨਵਾਦ ਮਨਦੀਪ ਵੀਰੇ ਤੇ ਪੂਰੀ ਪ੍ਰੋ ਪੰਜਾਬ ਟੀਵੀ ਦੀ ਟੀਮ ਇੱਥੇ ਪਹੁੰਚਣ ਦਾ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਬਾਈ, ਜਿਵੇਂ ਮੈਂ ਦਰਸ਼ਕਾਂ ਨੂੰ ਵੇਖਣਾ ਇਹਨੂੰ, ਸਤਿ ਸ਼੍ਰੀ ਅਕਾਲ। ਜਿਵੇਂ ਬਾਈ ਮੈਂ ਗੱਲ ਸ਼ੁਰੂ ਕੀਤੀ, ਮੈਂ ਸ਼ੌਂਕ ਜੇ ਰੁਜ਼ਗਾਰ ਬਣ ਜਾ ਆਪਦਾ ਤਾਂ ਸਭ ਤੋਂ ਵੱਧ ਬੰਦਾ ਸੁਖੀ ਵੀ ਹੁੰਦਾ ਤੇ ਮੁਨਾਫਾ ਵੀ ਉਹਦੀ ਕਰਦਾ ਹੈਗਾ। ਇਹ ਤੁਹਾਡਾ ਸ਼ੌਂਕ ਸੀ ਜਾਂ ਫਿਰ ਰੁਜ਼ਗਾਰ ਪਹਿਲਾਂ ਬਣਿਆ ਜਾਂ ਬਾਅਦ ਚੋਂ ਬਣਿਆ? ਇੱਦਾਂ ਹੁੰਦਾ ਬਾਈ, ਜਿਵੇਂ ਪੰਜਾਬੀ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ, ਤੇ ਉਹ ਦੋਨੇ ਚੀਜ਼ਾਂ ਹੀ ਆ, ਜਿਵੇਂ ਅਗਲਾ ਕਹਿੰਦਾ ਨਾਲੇ ਪੁੰਨ ਤੇ ਨਾਲੇ ਫਲੀਆਂ। ਚਲੋ ਸ਼ੁਰੂ ਦੇ ਵਿੱਚ ਬਚਪਨ ਦੇ ਵਿੱਚ ਦਾਦਾ ਹੀ ਹੋ ਗਏ, ਫਾਦਰ ਸਾਹਿਬ ਹੋ ਗਏ, ਘਰੇ ਆਪਣੇ ਆਮ ਹੀ ਜਾਨਵਰ ਹੁੰਦੇ ਸੀ ਸਾਰੇ, ਮੀਨਸ ਚਲੋ ਹੁਣ ਵਰਾਇਟੀਆਂ ਜ਼ਿਆਦਾ ਹੋਊਗਾ, ਤੇ ਨਾਲ ਨਾਲ ਜਿੱਦਾਂ ਜਿੱਥੇ ਬੱਚਾ ਪਲਿਆ ਹੋਵੇ ਉਦਾਂ ਉਹਨਾਂ ਨੂੰ ਵੀ ਸ਼ੌਂਕ ਪੈ ਜਾਂਦਾ, ਤੇ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਸ਼ੌਂਕ ਪੈ ਗਿਆ, ਇਹਨਾਂ ਚੀਜ਼ਾਂ ਦਾ ਲਗਾਅ ਹੋ ਗਿਆ। ਫਿਰ ਹੌਲੀ ਹੌਲੀ ਜਿਵੇਂ ਰੱਖਣ ਲੱਗ ਗਏ, ਲੋਕ ਜੁੜਦੇ ਗਏ, ਬਾਹਰ ਅੰਦਰ ਜਾਂਦੇ ਗਏ, ਤਾਂ ਲੋਕ ਇਹਨਾਂ ਚੀਜ਼ਾਂ ਦੀ ਡਿਮਾਂਡ ਕਰਨ ਲੱਗ ਗਏ। ਫਿਰ ਸੋਸ਼ਲ ਮੀਡੀਆ 'ਤੇ ਦੇਖਦੇ ਸੀ ਲੋਕ ਇਹਦੀ ਸੇਲ ਪਰਚੇਜ਼ ਕਰਦੇ ਸੀਗੇ, ਤਾਂ ਸੇਮ ਵੀਰੇ ਆਪਾਂ ਵੀ ਉਹੀ ਚੀਜ਼ ਇੱਕ ਨੂੰ ਖੇਤੀ ਦੇ ਨਾਲ ਨਾਲ ਇੱਕ ਸਹਾਇਕ ਧੰਦਾ ਅਪਣਾਇਆ। ਬਾਈ ਕਿਹੜੇ ਕਿਹੜੇ ਜਾਨਵਰ ਨੇ, ਕੀ ਕਿਸਮਾਂ ਨੇ ਇਹਨਾਂ ਦੀਆਂ? ਜਾਨਵਰ ਵੀਰੇ ਆਪਣੇ ਕੋਲ ਆਲਮੋਸਟ ਸਾਰੇ ਹੁੰਦੇ ਆ ਜੀ, ਤੇ ਬਾਕੀ ਮੇਰਾ ਸੇਲ ਪਰਚੇਜ਼ ਦਾ ਕੰਮ ਆ, ਜਾਨਵਰ ਆਉਂਦੇ ਜਾਂਦੇ ਰਹਿੰਦੇ ਆ, ਜਿੱਦਾਂ ਕੋਈ ਆਰਡਰ ਕਰਦਾ ਆਪਾਂ ਅਵੇਲੇਬਲ ਕਰਵਾ ਦਿੰਦੇ ਆ। ਇਸ ਟਾਈਮ ਆਪਣੇ ਕੋਲ ਵੀਰੇ ਬੱਤਖਾਂ ਅੰਦਰ ਜਾ ਸਕਦੇ ਆ? ਹਾਂਜੀ ਬਿਲਕੁਲ ਜਾ ਸਕਦੇ ਆ ਬਾਈ ਜੀ। ਇਸ ਟਾਈਮ ਆਪਣੇ ਕੋਲ ਬੱਤਖਾਂ, ਕਬੂਤਰ, ਖਰਗੋਸ਼, ਡੌਗ, ਚੌਰਚਰੇ ਹੋ ਗਏ, ਗਿੰਨੀ ਪੈਗ ਹੋ ਗਏ, ਬਾਕੀ ਮੱਝਾਂ, ਗਾਵਾਂ ਤੇ ਬੱਕਰੀਆਂ ਦੀਆਂ ਨਸਲਾਂ ਆਪਣੇ ਕੋਲ ਇਸ ਟਾਈਮ ਹੈਗੀਆਂ ਜੀ। ਇਹ ਕਬੂਤਰ ਕਿਹੜੀ ਕਿਹੜੀ ਕਿਸਮ ਦੇ ਆ ਬਾਈ? ਜਿਹੜੇ ਕਬੂਤਰ ਵੀਰੇ, ਜਿਹੜੇ ਆਹ ਜਿੱਦਾਂ ਆਹ ਕਬੂਤਰ ਹੈ, ਇਹਦਾ ਪੰਜਾ ਇਦਾਂ ਹੀ ਰਹਿੰਦਾ, ਚੱਕ ਹੀ ਰੱਖਦਾ ਹਮੇਸ਼ਾ। ਅੱਛਾ, ਇਹ ਫੰਗ ਇਹਦੇ ਆ ਹੀ ਰਹਿਣਗੇ? ਹਾਂ, ਜਿੱਦਾਂ ਇਹਨੂੰ ਆਪਾਂ ਲੱਕੇ ਕਹਿ ਸਕਦੇ ਹਾਂ, ਦੇਸੀ ਲੱਕੇ, ਇੰਡੀਅਨ ਫੈਂਟਲ, ਲੱਕੇ ਅਲੱਗ ਅਲੱਗ ਕੁਆਲ। ਅੱਛਾ ਬਾਈ, ਜਿਹਦਾ ਪੁੰਜਾ ਵੱਡਾ ਹੁੰਦਾ ਉਹਨੂੰ ਇੰਡੀਅਨ ਫੈਂਟਲ ਕਹਿ ਦਿੰਦੇ ਆ, ਘੱਟ ਪੁੰਜੇ ਵਾਲੇ ਜਿਹੜੇ ਉਹ ਦੇਸੀ ਲੱਕੇ ਹੋ ਜਾਂਦੇ। ਉਸ ਤੋਂ ਬਾਅਦ ਅੱਗੇ ਜਿਵੇਂ ਆਹ ਬਰੀਡ ਹੈ ਜੀ, ਆਹ ਵਾਲੀ ਬੈਠੀ ਆ, ਹਾਂ ਬਾਈ, ਸਰਾਜਾ ਜੀ। ਅੱਛਾ ਬਾਈ, ਸਰਾਜਾ ਕਹਿ ਦਿੰਦੇ ਆ ਜੀ। ਇਹਦੇ ਪੈਰ ਵੀ ਮੈਂ ਦੇਖ ਰਿਹਾ ਸੀ, ਪੈਰਾਂ ਦੇ ਵਿੱਚ ਵੀ ਮੌਜ ਹੈਗੀ, ਇਹਦੇ ਪੈਰਾਂ ਦੇ ਮੌਜ ਹੈਗੀ, ਇਹਨੂੰ ਸਰਾਜਾ ਕਹਿ ਦਿੰਦੇ ਆ ਜੀ। ਜਿੱਦਾਂ ਆਪਣੇ ਆਹ ਆ ਗਏ ਵਾਈਟ ਕਲਰ ਦੇ, ਜਿਹੜੇ ਆ ਬਰਾਊਨ ਜਾਂ ਵਾਈਟ,
ਇਹਨੂੰ ਆਪਾਂ ਉੱਡਣ ਵਾਲੇ ਕਹਿ ਦਿੰਦੇ ਆ ਜੀ, ਜਿਹਨਾਂ ਦੀਆਂ ਲੋਕ ਬਾਜੀਆਂ ਵੀ ਛੱਡਦੇ ਆ। ਉਸ ਤੋਂ ਬਾਅਦ ਜਿਵੇਂ ਆਹ ਆ ਗਏ ਜਿਹਦੇ ਮੋਢੇ ਬਰਾਊਨ ਜੇ ਆ ਬਾਕੀ ਵਾਈਟ ਆ, ਇਹ ਸੈਂਡੀਨੇਟ ਆ ਗਏ ਭਾਈ। ਜਿਹੜੇ ਗੋਲੇ ਕਬੂਤਰ ਨੇ ਗੋਲਿਆਂ ਵਰਗੇ ਨੇ ਬਿਲਕੁਲ, ਲੇਕਿਨ ਉਹਨਾਂ ਦੇ ਵੀ ਫੰਗ ਖੜੇ ਨੇ। ਹਾਂਜੀ, ਉਹ ਵੀਰੇ ਉਹ ਵੀ ਇੰਡੀਅਨ ਫੈਂਟੇਲ ਹੈ, ਇਹਦੇ ਵਿੱਚ ਕਲਰ ਅਲੱਗ ਅਲੱਗ ਆਉਂਦੇ ਆ, ਮੀਨਸ ਕਾਫੀ ਤਰ੍ਹਾਂ ਦੇ ਕਲਰ ਆਉਂਦੇ ਆ। ਉਹ ਬਰੀਡ ਇੰਡੀਅਨ ਫੈਂਟੇਲ ਆ, ਲੇਕਿਨ ਉਹਦਾ ਕਲਰ ਜਿਹੜਾ ਉਹ ਗੋਲੇ ਕਬੂਤਰਾਂ ਵਰਗੇ ਨੇ। ਹੈਗੀ ਇਹ ਬਰੀਡ ਉਹੀ ਹੈ, ਬਰੀਡ ਉਹੀ ਹੈ। ਜਿਵੇਂ ਆਹ ਹੁਣ ਇਹ ਸੈਂਡੀਨੇਟ ਹੈ, ਇਹਦਾ ਵੀ ਕਲਰ ਉਹੀ ਹੈ ਗੋਲਿਆਂ ਦਾ ਕਬੂਤਰ ਦਾ, ਸੈਂਡੀਨੇਟ ਆ। ਇਹ ਹੋਰ ਬਰੀਡ ਹੈ ਜੀ ਇਹ ਬਲੀ ਬਾਈ। ਹਾਂਜੀ ਇਹ ਵੀ ਬਾਈ ਫਿਰ ਬਾਜੀ ਲਾਉਂਦੇ ਨੇ ਦੂਸਰੇ, ਬਾਜੀਆਂ ਬੂਜੀਆਂ ਵਾਲੇ ਨਹੀਂ ਵੀਰੇ, ਆਪਾਂ ਬਾਜੀ ਨਹੀਂ ਛੱਡਦੇ। ਵੈਸੇ ਉਹ ਲਾ ਲੈਂਦੇ ਨੇ, ਉਹ ਆ ਲਾਉਂਦੇ ਆ ਇਕੱਲੇ ਜਿਹੜੇ ਉਹ ਕਲਰ ਜਿਹਾ ਲਾਉਂਦੇ ਆ, ਜਿਵੇਂ ਉਹ ਗੁਲਾਬੀ ਆ ਪਿੰਕ ਜਿਹਾ ਕਲਰ ਲੱਗਿਆ ਆ, ਇਹ ਬਾਜੀ ਵਾਲੇ ਕਬੂਤਰ ਕਹਿੰਦੇ ਇਹਨਾਂ ਨੂੰ। ਇਹ ਬਾਈ ਸ਼ੁਰੂ ਕਿਵੇਂ ਹੋਇਆ ਕੰਮ ਇਹਨਾਂ, ਮਤਲਬ ਪਹਿਲਾਂ ਕਿਹੜਾ ਜਾਨਵਰ ਲਿਆਂਦਾ ਸੀ ਜਾਂ ਸ਼ੌਂਕ ਕਿਵੇਂ ਪੈ ਕੇ ਤੋਂ ਦੇਖਿਆ ਸੀ? ਸ਼ੁਰੂ ਮੱਝਾਂ ਗਾਵਾਂ ਬੱਕਰੀਆਂ ਤੇ ਘੋੜੀਆਂ ਹੁੰਦੀਆਂ ਸੀ, ਤੇ ਫਿਰ ਦਾਦਾ ਯਾਰ ਕਬੂਤਰ ਰੱਖਦੇ ਹੁੰਦੇ ਸੀਗੇ। ਅੱਛਾ ਬਾਈ, ਉਹ ਕਹਿੰਦੇ ਵੀ ਜਿਵੇਂ ਹੁਣ ਕਈ ਲੋਕ ਤਾਂ ਕਹਿੰਦੇ ਕਬੂਤਰ ਮਾੜੇ ਹੁੰਦੇ ਆ ਤੇ ਇਹ ਉਜਾੜ ਭਾਲਦੇ ਆ, ਗੂੰ ਗੂੰ ਕਰੀ ਜਾਂਦੇ ਆ, ਤੇ ਪਰ ਮਾੜਾ ਤਾਂ ਮੇਰੇ ਅਕੋਰਡਿੰਗ ਹੁਣ ਮਾਂ ਵੀ ਇੱਕ ਪੁੱਤ ਨੂੰ ਜਨਮ ਦਿੰਦੀ ਆ, ਤਾਂ ਉਹ ਵੀ ਇਹੀ ਚਾਹੁੰਦੀ ਆ ਵੀ ਇਹ ਵਧੀਆ ਸਾਡਾ ਨਾਮ ਰੋਸ਼ਨ ਕਰੇ, ਪਰ ਉਹ ਕਦੇ ਨਾ ਕਦੇ ਉਹਨੂੰ ਘਰੋਂ ਕੱਢਣਾ ਪੈਂਦਾ ਨਸ਼ਿਆਂ ਕਰਕੇ। ਤਾਂ ਇਹ ਤਾਂ ਬਾਈ ਸੌਖੀ ਮੰਨਦੇ ਆ, ਇਹ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਇਹ ਬਹੁਤ ਵੱਡਾ ਪੁੰਨ ਆ ਜਾਨਵਰਾਂ ਦੀ ਸੇਵਾ ਕਰਨਾ। ਫਿਰ ਉਵੇਂ ਹੌਲੀ ਹੌਲੀ ਬਾਈ ਆਪਾਂ ਨੂੰ ਵੀ ਸ਼ੌਂਕ ਪੈ ਗਿਆ। ਖੁਰਾਕ ਨਹੀਂ ਖਾ ਲੈਂਦੇ ਬਾਈ ਇਹ? ਖੁਰਾਕ ਬਾਈ ਕਦੇ ਗਿਣੀ ਮਿਣੀ ਨਹੀਂ ਆ, ਮੈਂ ਤੁਹਾਨੂੰ ਕਹਿਦਾ ਹੁਣ ਨਹੀਂ। ਖਰਚਾ ਵਰਚਾ ਆਉਂਦਾ ਹੋਣਾ ਜਦੋਂ? ਖਰਚਾ ਵਰਚਾ ਨਹੀਂ ਜੀ, ਆਪਾਂ ਤਾਂ ਬਸ ਆਪਣਾ, ਕਿਉਂਕਿ ਆਪਣਾ ਕੋਈ, ਕਿਉਂਕਿ ਪੇਮੈਂਟ ਜਿੰਨੀ ਵੀ ਆਉਂਦੀ ਆਪਾਂ ਘਰੇ ਦੇਣੀ ਹੁੰਦੀ ਹੈ ਬਾਈ ਜੀ, ਆਪਣਾ ਕੋਈ ਨਾ ਆਪਾਂ ਮੀਟ ਆਂਡਾ ਸ਼ਰਾਬ ਆਪਾਂ ਵਰਤਦੇ ਤੇ ਬਾਅਦ ਜਿੰਨੀ ਸੇਲ ਆ। ਸਾਲ ਦੇ ਸ਼ੁਰੂ ਚ ਮੈਂ 20-30 ਹਜ਼ਾਰ ਰੁਪਇਆ ਰੱਖਣਾ ਹੁੰਦਾ, ਉਸੇ 30,000 ਨੂੰ ਸੇਲ ਪਰਚੇਜ ਕਰਕੇ ਇੱਕ ਸਾਲ ਦੇ ਵਿੱਚ ਮੈਂ 5-10 ਲੱਖ ਦਾ ਜਿਹੜਾ ਟਰਨ ਓਵਰ ਬਿਜ਼ਨਸ ਕਰਨਾ ਹੁੰਦਾ ਇੱਕ ਸਾਲ ਦੇ ਵਿੱਚ। ਹਾਂਜੀ ਬਾਈ, ਹਫ਼ਤੇ ਦੀ ਬਾਈ ਖੁਰਾਕ ਕਿੰਨੀ ਦੀ, ਮਤਲਬ ਇਹ ਖਾ ਲੈਂਦੇ ਨੇ ਜੇ ਪੁੱਛੇ ਮੋਟਾ ਮੋਟਾ ਹਿਸਾਬ? ਮੋਟਾ ਜਿਹਾ ਆਈਡੀਆ 5,000 ਰੁਪਇਆ ਤਾਂ ਮੰਨ ਕੇ ਹੀ ਚੱਲੋ ਸਾਰਿਆਂ ਦੇ, ਸਾਰੇ ਜਾਨਵਰਾਂ ਦਾ 5,000 ਪਲੱਸ ਕਹਿ ਸਕਦੇ ਹਾਂ ਆਪਾਂ, ਮੈਂ ਨਹੀਂ ਕਹਿ ਸਕਦੇ ਸਾਰੇ ਜਾਨਵਰਾਂ ਦਾ। ਬਾਈ ਇੰਨੇ ਜਿਵੇਂ ਤੁਸੀਂ ਰੱਖੇ ਹੋਏ ਨੇ ਜਾਨਵਰ, ਇਹ ਕੋਈ ਆਪਸੀ ਰਹਿਣ ਕਰਕੇ ਕੋਈ ਬਿਮਾਰੀ ਨਹੀਂ ਪੈਂਦੀ ਜਾਂ ਫਿਰ ਕੋਈ ਉਹ ਚੀਜ਼ਾਂ ਦਾ? ਬਾਈ ਜੇ ਤਾਂ ਆਪਾਂ ਟਾਈਮ ਟੂ ਟਾਈਮ ਇਹਨਾਂ ਨੂੰ ਵੈਕਸੀਨੇਸ਼ਨ ਕਰਦੇ ਹਾਂ, ਮੈਡੀਸਨ ਵਗੈਰਾ ਦਿੰਦੇ ਰਹਿੰਦੇ ਹਾਂ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਕਈ ਵਾਰੀ ਕੋਈ ਮਤਲਬ ਕਈ ਵਾਰੀ ਗਲਤ ਜਾਨਵਰ ਆਪਾਂ ਨੂੰ ਦੇ ਵੀ ਦਿੰਦੇ ਆ ਵਾਇਰਸ ਵਾਲੇ ਜਾਨਵਰ, ਤੇ ਫਿਰ ਬਾਈ ਪ੍ਰੋਬਲਮ ਆ ਗਈ ਜਾਂਦੀ। ਇੱਕ ਬਾਈ ਉਹ ਕਿਹੜੀ ਕਿਸਮ ਹੈ ਮੁਰਗੀ ਦੀ? ਫਾਉਲ ਆ ਬਾਈ ਜੀ, ਇੱਧਰ ਵੀ ਦੇਖ ਲਓ ਤੁਸੀਂ, ਇਹਨੂੰ ਚਕੋਰਾ ਕਹਿ ਦਿੰਦੇ ਆ, ਚੁਰਚਰੇ ਵੀ ਕਹਿੰਦੇ ਆ ਇਹਨੂੰ, ਗਾਰਡਨਿੰਗ ਪਰਪਸ ਲਈ ਲੋਕ ਬਹੁਤ ਲੈ ਕੇ ਆ। ਅੱਛਾ ਬਾਈ, ਸਿਰਫ ਮੰਨ ਲਓ ਖੂਬਸੂਰਤੀ ਲਈ? ਹਾਂਜੀ, ਆਪਣੇ ਫਾਰਮ ਦੇ ਉੱਤੇ ਘਰੇ ਜਾਂ ਕੋਈ ਬੰਦਾ ਜਾਂ ਕੋਈ ਉੱਪਰ ਪੰਛੀ ਜਾਂ ਕੋਈ ਸੱਪ ਜਾਂ ਕੋਈ ਡੌਗ ਆ ਜਾਂਦਾ, ਇਹ ਰੌਲਾ ਪਾ ਦਿੰਦੇ। ਇੱਕ ਬਾਹਰ ਕੱਢ ਕੇ ਦਿਖਾਓਗੇ ਬਾਈ? ਚੱਕ ਕੇ ਆਪਾਂ ਉਦਾਂ ਹੀ ਕੱਢ ਲੈਨੇ ਬਾਈ ਬਾਹਰ, ਤੇ ਕਈ ਜਗ੍ਹਾ ਇਹ ਜੰਗਲਾਂ ਦੇ ਵਿੱਚ ਵੀ ਪਾਏ ਜਾਂਦੇ, ਜਿਵੇਂ ਹੁਣ ਇਹ ਟਰਕੀ ਬਰਡ ਹੈ, ਇਹ ਆਪਣੇ ਪਾਲਤੂ ਆ, ਇਹ ਆਸਟ੍ਰੇਲੀਆ ਵਗੈਰਾ ਦੇ ਵਿੱਚ, ਕੈਨੇਡਾ ਦੇ ਵਿੱਚ ਜੰਗਲ ਚ ਹੈ, ਉਧਰ ਇਹਨਾਂ ਦੀ ਹੰਟਿੰਗ ਵਗੈਰਾ ਹੁੰਦੀ ਹੈ। ਇਧਰ ਤਾਂ ਇਹ ਬਾਈ ਕੋਈ ਇਹਨਾਂ ਦਾ ਫਰੀ ਵੀ ਸਿਸਟਮ ਹੁੰਦਾ ਕਿ ਨੌਨ ਵੈਜ ਆ ਕਿ ਵੈਜ ਆ? ਕਿਹੜੇ ਜੀ? ਕੋਈ ਵੀ ਮੁਰਗੇ ਜਿਵੇਂ ਇਹਨਾਂ ਦਾ ਹੋਵੇ, ਜਿਵੇਂ ਜੰਗਲੀ ਨੇ, ਇਹ ਮਾਸ ਖਾਂਦੇ ਨੇ? ਨਹੀਂ ਨਹੀਂ, ਮਾਸ ਮੂਸ ਨਹੀਂ ਖਾਂਦੇ ਜੀ ਬਿਲਕੁਲ। ਅੱਛਾ, ਥੋੜਾ ਮੋਟਾ ਮਾਲ ਕੁਛ ਵੀ ਨਹੀਂ? ਉਹ ਜੰਗਲੀ ਆ ਜਿਹੜੇ, ਫਿਰ ਉਹਨਾਂ ਦਾ ਪਾਲਣ ਕੁਛ ਨਹੀਂ ਇਸ ਟਾਈਪ ਦਾ ਹੁੰਦਾ ਵੀਰੇ, ਉਹਨਾਂ ਨੂੰ ਫਿਰ ਜਿਹੜੀਆਂ ਚੀਜ਼ਾਂ ਜਿਵੇਂ ਉੱਥੇ ਸੁੰਡੀ ਵਗੈਰਾ ਮਿਲਦੀ ਆ ਉਹ ਖਾ ਲੈਂਦੇ ਆ। ਹਾਂਜੀ ਹਾਂਜੀ, ਇਹ ਜਿਹੜਾ ਸਾਰਾ ਜਿਵੇਂ ਆਹ
ਜਿਵੇਂ ਆਪਣੇ ਚਿਕਨ ਚੁਕਨ ਬਣਾਉਂਦੇ ਨੇ, ਮੀਟ ਮਾਸ ਤਿਆਰ ਕਰਦੇ ਆ, ਇੰਨਾ ਤਾਂ ਨਹੀਂ ਕਰਦੇ ਹੁਣ? ਮੀਟ ਟੋਟਲ ਵਰਾਇਟੀ ਦਾ ਹੁੰਦਾ ਜੀ, ਸਾਰਿਆਂ ਦਾ ਹੋ ਜਾਂਦਾ। ਮੈਂ ਮੀਟ ਵਾਸਤੇ ਕਿਸੇ ਵੀ ਬੰਦੇ ਨੂੰ ਜਾਨਵਰ ਸੇਲ ਨਹੀਂ ਕਰਦਾ, ਮੈਂ ਕਿਸੇ ਨੂੰ ਸੇਲ ਨਹੀਂ ਕਰਦਾ। ਇਹ ਜਿਵੇਂ ਹੁਣ ਤਰਕੀ ਹੈ, ਇਹਦਾ ਕ੍ਰਿਸਮਸ ਤੇ ਬਹੁਤ ਜ਼ਿਆਦਾ ਮੀਟ ਸੇਲ ਹੁੰਦਾ, ਇਹਦਾ ਚਿਕਨ ਬਹੁਤ ਜ਼ਿਆਦਾ ਸੇਲ ਹੁੰਦਾ ਇਹਦਾ ਬਾਈ। ਹਾਂਜੀ, ਅਤੇ ਪਰ ਮੈਂ ਨਹੀਂ ਚਿਕਨ ਵਾਲੇ ਬੰਦੇ ਨੂੰ ਮੈਂ ਸੇਲ ਨਹੀਂ ਕਰਦਾ ਜੀ। ਇਹ ਬਾਈ ਜੋ ਇਹਦੇ ਲੰਕ ਰਿਹਾ ਸਾਰਾ, ਇਹ ਮਾਸ ਆ ਜੀ ਇਹਦਾ, ਅਤੇ ਇਹ ਕਲਰ ਚੇਂਜ ਕਰਦਾ ਰਹਿੰਦਾ ਇਹਦੇ ਜੀ। ਇਹ ਕਿਸ ਹਿਸਾਬ ਨਾਲ ਚੇਂਜ ਕਰਦਾ, ਮਤਲਬ ਕੁਝ ਇਸ਼ਾਰੇ ਦਿੰਦਾ ਜਦੋਂ ਪਹਿਲ ਪਾਉਂਦਾ? ਹਾਂਜੀ, ਉਦੋਂ ਪਹਿਲ ਪਾਉਂਦਾ, ਉਦੋਂ ਕਲਰ ਚੇਂਜ। ਮੀਨਸ ਕਿਤੇ ਨਾ ਕਿਤੇ ਜਿਵੇਂ ਹੁਣ ਮੋਰ ਆ, ਉਹਦਾ ਰਾਸ਼ਟਰੀ ਪੰਛੀ ਆਪਾਂ ਰੱਖ ਨਹੀਂ ਸਕਦੇ, ਬਿਲਕੁਲ ਬਾਈ, ਉਹਦੀ ਘਾਟ ਪੂਰੀ ਕਰਦਾ ਕਿਤੇ ਨਾ ਕਿਤੇ। ਅੱਛਾ ਬਾਈ, ਆਪਾਂ ਇਹਨੂੰ ਫਾਰਮ ਵਗੈਰਾ ਤੇ ਰੱਖਣਾ ਹੋਵੇ। ਨਹੀਂ, ਜਿਹੜਾ ਮਾਸ ਦਾ ਇਹਦਾ ਰੰਗ ਬਦਲਣਾ, ਉਹ ਕੋਈ ਇਸ਼ਾਰਾ ਕਰਦਾ, ਕੋਈ ਇੰਡੀਕੇਟ ਕਰਦਾ ਮੈਨੂੰ ਕੀ ਚਾਹੀਦਾ ਜਾਂ ਨਹੀਂ? ਉਹ ਜਿੱਦਾਂ ਮਸਤ ਹੋ ਜਾਂਦਾ, ਪਹਿਲ ਪਾਉਂਦਾ ਜਾਂ ਮੀਟਿੰਗ ਕਰਨੀ ਹੈ ਕ੍ਰੋਸ ਕਰਨਾ, ਉਦੋਂ ਮੀਨਸ ਆਪਣੇ ਆਪ ਨੂੰ ਇਹ ਜੋ ਖੁਸ਼ ਹੁੰਦਾ ਪੂਰਾ। ਹਾਂਜੀ, ਅੱਛਾ, ਹਾਂਜੀ। ਇਹ ਬਾਈ ਜਦੋਂ ਇੱਥੇ ਨਾਲ ਰਹਿੰਦੇ ਨੇ ਇਹਨਾਂ ਦੇ ਨਾਲ, ਤਾਂ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦੇ? ਸ਼ੁਰੂ ਦੇ ਵਿੱਚ ਇਹਨਾਂ ਦਾ ਮੀਨਸ ਮਿਲ ਵਰਤਨ ਹੈਗਾ, ਫਿਰ ਤਾਂ ਕੁਛ ਨਹੀਂ ਕਹਿੰਦੇ। ਜੇਕਰ ਆਪਾਂ ਇਹ ਇਕੱਲੇ ਹੀ ਭਲੇ ਹੋਏ ਆ, ਇਹਨਾਂ ਨੂੰ ਨਵੀਂ ਜਗ੍ਹਾ ਦੇ ਵਿੱਚ ਜਾ ਕੇ ਛੱਡਾਂਗੇ, ਫਿਰ ਇਹ ਮਾਰਦੇ ਆ। ਆਹ ਖਰਗੋਸ਼ ਵੀ ਰੱਖੇ ਹੋਏ ਆ ਬਾਈ ਜੀ। ਇਹ ਕਿਹੜੀ ਕਿਸਮ ਦਾ ਖਰਗੋਸ਼ ਜੀ? ਗਿੰਨੀ ਪੈਗ ਆ ਜੀ, ਇਹਨੂੰ ਚੂਹੇ ਵੀ ਕਹਿ ਦਿੰਦੇ ਆ। ਹਾਂ, ਚੂਹਾ ਹੀ ਲੱਗਦਾ ਵੈਸੇ। ਸੂਰ ਛੋਟਾ, ਇਹਦਾ ਸਾਈਜ਼ ਕਿੱਡਾ ਹੋ ਜਾਂਦਾ ਬਾਈ? ਆ ਲਾਸਟ ਸਾਈਜ਼ ਹੈ ਜੀ ਬਾਈ। ਇਹਦਾ ਕੀ ਸਾਈਜ਼ ਰਹਿੰਦਾ ਦਾ? ਪੂਛ ਨਹੀਂ ਹੁੰਦੀ ਇਹ ਬਣਾ। ਅੱਛਾ ਬਾਈ, ਇਹਦਾ ਕੀ ਸਾਈਜ਼ ਰਹਿੰਦਾ ਦਾ? ਇਹਨੂੰ ਬੱਚੇ ਬਹੁਤ ਪਸੰਦ ਕਰਦੇ ਆ, ਸ਼ਹਿਰਾਂ 'ਚ ਲੋਕ ਬਹੁਤ ਇਹਦਾ ਆਰਡਰ ਕਰਦੇ, ਜਵਾਕ ਚੱਕ ਚੁੱਕ ਲੈਂਦੇ ਹੋਣਗੇ ਇਹਨੂੰ। ਆਹ ਦੂਸਰੇ ਆ ਜੀ। ਅੱਛਾ, ਇਹ ਵੀ ਖਰਗੋਸ਼ ਨੇ? ਹਾਂ, ਇਹ ਖਰਗੋਸ਼ ਨੇ ਆਪਣੇ, ਵਾਈਟ ਰੈਡ ਆਈਜ਼। ਇਹ ਬਾਈ ਬੱਚੇ ਨੇ? ਹਾਂ, ਇਹ ਬੱਚੇ ਨੇ ਜੀ। ਕਿੰਨਾ ਟਾਈਮ ਹੋ ਗਿਆ ਵੀ ਇਹਨਾਂ ਨੂੰ? ਇਹ ਇੱਕ ਦਿਨ ਦੇ ਆ ਜੀ। ਅੱਛਾ, ਇੱਕ ਦਿਨ ਦੇ ਹੋਈ ਆ। ਹਾਂਜੀ, ਇਹਨਾਂ ਦੀ। ਅੱਛਾ, ਫਿਰ ਬਾਈ ਇਹਨਾਂ ਦਾ ਧਿਆਨ ਕਿਵੇਂ ਰੱਖਣਾ? ਫਿਰ ਤਾਂ ਸਾਰਾ ਦਿਨ ਹੀ ਤੁਹਾਨੂੰ ਮਤਲਬ ਇੱਥੇ ਰਹਿਣਾ ਪੈਂਦਾ ਹੋਣਾ? ਹਾਂਜੀ, ਸਾਰਾ ਦਿਨ ਬਾਈ ਜੀ ਆਪਾਂ ਇਹਨਾਂ 'ਤੇ ਹੀ ਆ ਸਾਰਾ ਦਿਨ ਜੀ। ਵੈਕਸੀਨੇਸ਼ਨ ਵੀ ਪੂਰੀ ਹੁੰਦੀ ਹੈ ਇਹਨਾਂ ਦੀ? ਹਾਂਜੀ, ਵੈਕਸੀਨੇਸ਼ਨ ਪ੍ਰੋਪਰ ਆਪਾਂ ਕਰਕੇ ਦੇਈ ਦੀ ਹੈ ਜੀ, ਕਿਉਂਕਿ ਅੱਗੇ ਸੇਲ ਕਰਨੀ ਹੁੰਦੀ ਆ, ਕਸਟਮਰ ਕੋਲ ਜਾ ਕੇ ਜੇ ਮਰ ਜੇ ਫਿਰ ਕੰਪਲੇਂਟ ਆਉਂਦੀ ਹੈ ਜੀ। ਹੁਣ ਬਾਈ ਮੈਂ ਆਪਣਾ ਇਹੀ ਗੱਲ ਕਰ ਰਿਹਾ ਜਿਵੇਂ ਤੁਸੀਂ ਬੱਤ ਕਰਕੇ ਹੋਈਆਂ ਨੇ। ਹਾਂਜੀ ਹਾਂਜੀ, ਇਹ ਪਾਣੀ ਵੀ ਪਾਲਦੀਆਂ ਨੇ? ਇਹ ਬੱਤਕ ਰਾਜ ਹੰਸ ਆ ਜੀ। ਅੱਛਾ, ਅਤੇ ਦੇਸੀ ਬੱਤਕ ਵੀ ਕਹਿ ਦਿੰਦੇ ਆ ਆਪਣੇ ਆਮ ਹੀ ਪਿੰਡਾਂ ਛੱਪੜਾਂ 'ਚ ਹੁੰਦੀਆਂ। ਇਹਨੂੰ ਜਿਵੇਂ ਗੁਰੂ ਘਰ ਹੋ ਗਏ ਅਤੇ ਆਪਣੇ ਪਾਰਕ ਹੋ ਗਏ, ਹਾਂ ਬਾਈ, ਪੈਲਸ ਵਗੈਰਾ ਹੋ ਗਏ, ਉੱਧਰ ਇਹਨੂੰ ਲੋਕ ਬਹੁਤ ਪਰਚੇਜ਼ ਕਰਦੇ ਆ, ਕਿਉਂਕਿ ਇਹ ਸੋਹਣੇ ਬਹੁਤ ਲੱਗਦੇ ਆ। ਬਾਕੀ ਇਹਨੂੰ ਗਾਰਡਨਿੰਗ ਪਰਪਜ਼ ਲਈ ਵੀ ਲੋਕ ਪਰਚੇਜ਼। ਬਾਈ ਫਿਰ ਪਾਣੀ ਵਾਲਾ ਭਾਲਦੇ ਹੋਣਗੇ ਕਿ ਪਾਣੀ ਵਾਲਾ ਮਾਹੌਲ ਜਿਹਾ ਹੋਵੇ? ਇਹ ਤਾਂ ਵੈਸੇ ਕਈ ਵਾਰੀ ਆਰਡਰ ਆ ਜਾਂਦਾ, ਇੱਕ ਇੱਕ ਪੇਅਰ ਰੱਖਿਆ ਹੈ, ਵੈਸੇ ਪਾਣੀ ਦਾ ਇਹਨਾਂ ਦਾ ਸੈਟਅਪ। ਇਹ ਵੀ ਕਿਸਮ ਬੱਤਕ ਦੀ ਹੈ? ਹਾਂਜੀ, ਇਹ ਵੀ ਕਿਸਮ ਬੱਤਕ ਦੀ ਹੈ। ਇਹ ਵਾਲੀ ਆ ਜੀ ਹਾਥੀ ਚੈਂਬਰ, ਛੋਟੀ ਬੱਤਕ ਵੀ ਕਹਿ ਦਿੰਦੇ ਇਹਨੂੰ, ਇੱਥੇ ਵੀ ਕਹਿ ਦਿੰਦੇ ਆ। ਆਹ ਦੇਖੋ ਬਾਈ, ਖਰਗੋਸ਼ ਤੇ ਇਕੱਠੇ ਰਹੇ ਨਾਲ। ਹਾਂਜੀ, ਇਹ ਇਕੱਠੀ ਰਹਿੰਦੇ। ਇਹ ਸ਼ੂਗਰ ਲਈ ਇਹਦਾ ਅੰਡਾ ਬਹੁਤ ਬੈਸਟ ਆ ਜੀ। ਕਿਹਦਾ ਬਾਈ? ਇਹਦਾ ਬੱਤਕ ਦਾ ਜੀ। ਅੱਛਾ, ਜੇਕਰ ਕਿਸੇ ਵੀ ਬੱਤਕ ਦਾ, ਜੇਕਰ ਕਿਸੇ ਨੂੰ ਸ਼ੂਗਰ ਹੈ, ਹਾਂ ਬਾਈ, ਚਾਹੇ ਵੱਧਦੀ ਹੈ ਚਾਹੇ ਘੱਟਦੀ ਹੈ, ਕੰਟੀਨਿਊ ਇਹਦਾ ਅੰਡਾ ਖਾ ਲਈ, ਸ਼ੂਗਰ ਦਾ ਜਿਹੜਾ ਲੈਵਲ ਉਹ ਜਮਾਂ ਉਹ ਸੇਮ ਰਹੂਗਾ। ਇਹਨੂੰ ਬਾਕੀ ਸਫਾਈ ਲਈ ਬਹੁਤ ਯੂਜ਼ ਕਰਦੇ ਆ ਲੋਕ, ਜਿਵੇਂ ਪਾਣੀ ਦੇ ਵਿੱਚ ਘਰੇ ਸਵੀਮਿੰਗ ਪੂਲ ਜਾਂ ਕੱਪੜ ਵਗੈਰਾ ਹੁੰਦੇ ਆ, ਉਹਦੇ ਵਿੱਚ ਗੰਦਗੀ ਹੋ ਜਾਂਦੀ ਹੈ, ਪਾਣੀ ਸਾਫ਼ ਕਰਨ ਵਾਸਤੇ ਬਹੁਤ ਫਟੀ। ਆਪਾਂ ਉਹ ਵੀ ਦੇਖੀਏ ਬਾਹਰ ਜੋ ਹੈਗੇ ਨੇ ਹੈ ਨਾ ਬਾਈ, ਇੱਧਰ ਵੀ ਰਹੇ ਮੁਰਗੇ। ਇਹ ਸੀਲ ਆ ਜੀ ਮੁਰਗੀ ਆਪਣੇ। ਅੱਛਾ ਬਾਈ, ਹਾਂ, ਸੀਲ ਮੁਰਗੀਆਂ, ਉਹਨਾਂ ਦੇ ਬੱਚੇ ਆ ਜੀ, 4-4 ਮਹੀਨਿਆਂ ਦੇ। ਇਹ ਕਿੰਨੀਆਂ ਕਿਸਮਾਂ ਨੇ ਬਾਈ ਫਿਰ ਆਪਣੇ ਕੋਲ? ਕਾਫੀ ਵਰਾਇਟੀਆਂ ਬਾਈ ਜੀ, ਕੋਈ ਗਿਣਤੀ ਨਹੀਂ, ਕਿਉਂਕਿ ਆਈ ਜਾਂਦੀਆਂ ਜਾਈ ਜਾਂਦੀਆਂ, ਕਾਫੀ ਵਰਾਇਟੀਆਂ ਆਪਾਂ। 2 ਮਿੰਟ ਮੈਂ ਕਹਿੰਦਾ ਬਾਹਰ ਜਾ ਕੇ, ਕਿਉਂਕਿ ਉਹ ਜਿਹੜੇ ਮੁਰਗੇ ਸੀ ਬਾਹਰ। ਬਾਈ ਜਿਵੇਂ ਤੁਸੀਂ ਹੁਣ ਆਪਾਂ ਜੇ ਤੁਹਾਡੇ ਬਿਜ਼ਨਸ ਦੀ ਗੱਲ ਕਰੀਏ ਹੈ ਨਾ, ਹਾਂਜੀ ਹਾਂਜੀ, ਤਾਂ ਇੱਕ ਵਾਰ ਮੈਂ ਕਹੂੰਗਾ ਇਹ ਵੀ ਪੈਲ ਪਾਈ ਹੋਈ ਹੈ ਨਾ ਬਾਈ? ਹਾਂਜੀ, ਇਹ ਵਾਈਟ ਕਲਰ 'ਚ ਹੈ ਜੀ।
ਜਿਵੇਂ ਆਪਾਂ ਪਹਿਲਾਂ ਦੇਖਿਆ ਸੀ, ਹਾਂ ਹਾਂ ਬਾਈ, ਉਹ ਬਲੈਕ ਹੈ ਜੀ, ਹੈ ਇਹ ਵੀ ਬਾਈ ਟਰਕੀ, ਹਾਂਜੀ ਇਹ ਵੀ ਟਰਕੀ ਆ, ਕਲਰ ਦੇਖੋ ਹੁਣ ਇਹਨੇ ਕਲਰ ਮੀਨਸ ਹੈਗਾ ਬਲੂ ਵਾਈਟ ਰੈਡ, ਜਦੋਂ ਇਹਦੇ ਕੋਲੇ ਜਾਵਾਂਗੇ ਕਲਰ ਫਿਰ ਚੇਂਜ ਕਰ। ਅੱਛਾ ਬਾਈ, ਹਾਂਜੀ ਬਾਈ, ਹੁਣ ਬਿਜ਼ਨਸ ਦੀ ਜੇ ਆਪਾਂ ਕਿਉਂਕਿ ਗੱਲ ਕਰੀਏ, ਕਿਉਂਕਿ ਹੁਣ ਸਹਾਇਕ ਧੰਦਿਆਂ ਦੀ ਬਹੁਤ ਲੋੜ ਆ, ਹਨਾ, ਖੇਤੀ ਦੇ ਵਿੱਚੋਂ ਨਾ ਤਾਂ ਸਾਡਾ ਪਾਣੀ ਕੁਛ ਰਿਹਾ ਹੈਗਾ, ਪਾਣੀ ਅੱਗੇ ਜਾਈ ਜਾਂਦਾ ਹੈਗਾ, ਤਾਂ ਸਰਕਾਰਾਂ ਵੀ ਕਹਿ ਰਹੀਆਂ ਵੀ ਝੋਨੇ ਸਿੱਧੀ ਬਿਜਾਈ ਕਰ ਲਓ, ਹਾਲਾਂਕਿ ਕਿਸਾਨ ਅਸੀਂ ਬਹੁਤ ਸਾਰੀਆਂ ਫਾਰਮਿੰਗ ਤੇ ਕਨਸੈਪਟ ਦੇ ਉੱਪਰ ਕੀਤੀਆਂ ਸਟੋਰੀਆਂ, ਗੱਲਾਂ ਬਾਤਾਂ ਕੀਤੀਆਂ, ਕਿਸਾਨ ਚਾਹੁੰਦਾ ਫਸਲੀ ਚੱਕਰ ਤੋਂ ਬਾਹਰ ਨਿਕਲਾਂ ਕਿਸ ਝੋਨੇ ਤੋਂ ਕਣਕ ਤੋਂ, ਪਰ ਉਹ ਕਹਿੰਦਾ ਵੀ ਕੋਈ ਅਲਟਰਨੇਟ ਇਹੋ ਜਿਹਾ ਹੋਵੇ ਜਿਹਦੋਂ ਮੈਨੂੰ ਇਨਕਮ ਵੀ ਹੋਵੇ, ਬਾਅਦ ਚੋਂ ਰਿਸਕ ਨਾ ਹੋਵੇ। ਪਤਾ ਕੀ ਚੱਕਰ ਹੈ, ਬਿਜ਼ਨਸ ਬਹੁਤ ਜ਼ਿਆਦਾ, ਆਪਾਂ ਇੱਕ ਚੀਜ਼ 5 ਰੁਪਏ 10 ਰੁਪਏ 6 ਮਹੀਨੇ ਸਾਂਭ ਕੇ ਉਹਨੂੰ ਸੇਲ ਕਰਦੇ ਹਾਂ, ਖਰੀਦਣ ਵਾਲਾ ਆਪਣੇ ਤੋਂ ਖਰੀਦ ਕੇ ਨਾਲ ਦੀ ਨਾਲ 20 ਰੁਪਏ ਦੀ ਵੇਚ ਦਿੰਦਾ, ਉਹ ਬੈਠਾ ਬੈਠਾ 10 ਰੁਪਏ ਉਹਦੇ ਵਿੱਚੋਂ ਬੈਨੀਫਿਟ ਕਮਾਉਂਦਾ। ਮਿਹਨਤ ਕਿਹਨੇ ਕੀਤੀ? ਆਪਾਂ, ਆਪਣੇ ਲੋਕ ਆ ਬਾਈ ਜੀ, ਉਹ ਸਿਰਫ ਜਾਂ ਕਮੈਂਟਾਂ 'ਚ ਲਿਖ ਸਕਦੇ ਆ ਜਾਂ ਦੂਜੇ ਬਾਰੇ ਗੱਲਾਂ ਕਰ ਸਕਦੇ। ਇਹ ਬਾਈ ਤੁਸੀਂ ਇਹ ਤੋਂ ਕਿੰਨਾ ਮੁਨਾਫਾ ਕਰ ਲੈਂਦੇ ਹੋ? ਕੀ ਬਾਈ, ਇਹਦੀ ਮੈਂ ਕਦੇ ਉਹ ਨਹੀਂ ਕੀਤੀ, ਕੈਲਕੂਲੇਸ਼ਨ ਨਹੀਂ ਕੀਤੀ, ਪਰ ਮਾਰ ਚੰਗਾ ਨਿਕਲਿਆ ਦਾ ਵਧੀਆ ਪਰ ਡੇ ਦਾ ਬਾਈ, ਮੈਂ ਕਮਰੇ ਦੇ ਵਿੱਚ ਬੈਠਾ 5 ਤੋਂ 7 ਹਜ਼ਾਰ ਰੁਪਇਆ ਪਰ ਡੇ ਦਾ। ਅੱਛਾ ਬਾਈ, ਸਾਰਾ ਖਰਚਾ ਕੱਢ ਕੇ ਮੀਨਸ, ਹਾਂ ਵੀ ਐਵਰੇਜ 3 ਹਜ਼ਾਰ ਰੁਪਇਆ ਤਾਂ ਮਿਨੀਮਮ ਪਰ ਡੇ ਦੀ ਬਣੀ ਜਾਂਦਾ, 24 ਘੰਟਿਆਂ ਦੇ ਵਿੱਚ ਵਿੱਚ ਤਾਂ ਹੋਣੀ ਹੋਣੀ ਹੈ, ਤਾਂ ਮਹੀਨੇ ਦਾ 1 ਲੱਖ ਹੋ ਗਿਆ ਵੀ, ਹਾਂ 1 ਲੱਖ ਹੋ ਗਿਆ। ਨਾਲੇ ਤੁਸੀਂ ਇਸ ਧੰਦੇ ਨੂੰ ਬਹੁਤ ਲੋਕ ਮਾੜਾ ਕਹਿੰਦੇ ਆ, ਬਿੱਠਾਂ 'ਚ ਹੱਥ ਮਾਰੀ ਜਾਂਦਾ, ਗੰਦ 'ਚ ਹੱਥ ਮਾਰੀ ਜਾਂਦਾ, ਇਹ ਕੋਈ ਫਾਇਦਾ? ਪਰ ਇਹ ਉਦੋਂ ਮੈਂ ਜਵਾਬ ਦਿੰਦਾ ਜਦੋਂ ਆ ਕੇ ਰਿਸ਼ਤੇਦਾਰ ਜਾਂ ਕੋਈ ਯਾਰ ਦੋਸਤ ਹੋਰ ਕਹਿੰਦੇ ਸਾਨੂੰ ਯਾਰ ਫ੍ਰੀ ਦੇ ਦੇ ਯਾਰ ਬਾਈ, ਜਾਂ ਕਹਿੰਦੇ ਉਹ ਸਾਡਾ ਮਿੱਤਰ ਆ ਉਹ ਜਾਂ ਫੋਟੋਆਂ ਕਰਾਉਂਦੇ ਆ, ਉਦੋਂ ਫਿਰ ਇਹਨਾਂ ਦੀ ਵੈਲਿਊ ਉਹਨਾਂ ਨੂੰ ਪਤਾ ਲੱਗਦੀ ਹੈ, ਉਦੋਂ ਦੱਸੀ ਬਾਈ। ਕਿੰਨੇ ਸ਼ੁਰੂ ਕਿੰਨੇ ਤੋਂ ਕੀਤਾ ਸੀਗਾ ਤੁਸੀਂ? ਸ਼ੁਰੂ ਤਾਂ ਇੱਦਾਂ ਬਾਈ ਜੀ, ਆਪਾਂ ਜੇ ਸਾਫ਼ ਸੁਥਰਾ ਜੈਨੂਅਨ ਕੰਮ ਕਰਦੇ ਹਾਂ, ਸ਼ੁਰੂ ਤਾਂ ਆਪਾਂ ਬਹੁਤ ਘੱਟ ਇਨਵੈਸਟਮੈਂਟ ਕਰਕੇ, ਹੁਣ ਮੰਨ ਲਓ ਇੱਕ ਚੀਜ਼ ਆਪਾਂ ਉਹ ਆਪਾਂ 500 ਰੁਪਏ ਦੀ ਖਰੀਦੀ ਆ, ਵੇਚੀ ਉਹ ਆਪਾਂ 700 ਰੁਪਏ ਦੀ, ਕਿੰਨੀ ਇਨਕਮ ਹੋ ਗਈ? 200 ਰੁਪਇਆ। ਹੁਣ ਉਹ 700 ਵਾਲੀ ਚੀਜ਼ਾਂ ਆਪਾਂ 300-300 ਦੀਆਂ ਦੋ ਚੀਜ਼ਾਂ ਹੋਰ ਖਰੀਦੀਆਂ, ਉਹ ਆਪਾਂ 500-500 ਦੀਆਂ ਵੇਚੀਆਂ, ਕਿੰਨੇ ਪੈਸੇ ਬਚ ਗਏ? 200-200 ਰੁਪਇਆ ਹੋਰ ਬਚ ਗਿਆ, ਹੁਣ ਟੋਟਲ ਆਪਾਂ ਨੂੰ ਸਾਰੇ ਸੌਦੇ 'ਚ ਕਿੰਨਾ ਬਚ ਗਿਆ? 500, ਡਬਲ ਹੋ ਗਿਆ। ਇੱਦਾਂ ਹੀ ਇਹ ਆ ਵੀਰੇ, ਇਹ ਸਾਰਾ ਮਾਲ ਮੈਂ ਖਰੀਦ ਕੇ ਹੋਲਸੇਲ ਰੇਟ 'ਤੇ ਖਰੀਦ ਕੇ ਕਸਟਮਰ ਰੇਟ 'ਤੇ ਵੇਚਦਾ, ਇਹਦੇ ਵਿੱਚੋਂ ਮੈਨੂੰ ਵਧੀਆ ਬੈਨੀਫਿਟ ਹੋ ਜਾਂਦਾ। ਸਾਲ ਦੇ ਵਿੱਚ ਮੈਂ 5-10 ਲੱਖ ਦਾ ਜਿਹੜਾ ਬਿਜ਼ਨਸ ਕਰਦਾ ਇੱਕ ਸਾਲ ਦੇ ਵਿੱਚ। ਅੱਛਾ ਬਾਈ, ਹਾਂਜੀ, ਖੇਤੀ ਮੇਰਾ ਫਾਦਰ ਸਾਹਿਬ ਕਰਦੇ ਆ, ਉਹ ਡੈਡੀ ਜੀ ਕਰਦੇ ਆ, ਇਹ ਪ੍ਰਾਈ ਸ਼ੋਰ ਜਿਹੜਾ ਰੋਲਾ ਫਰਾਈ ਪਈ ਜਾਂਦਾ ਨਾ ਚੇਕ 'ਚ, ਇਹ ਆਦਤ ਬਣ ਗਈ ਆ ਮੈਨੂੰ। ਅੱਛਾ ਬਾਈ, ਲੱਗਦਾ ਵੀ ਇਹ ਸ਼ੋਰ ਆ, ਅੱਛਾ ਇਹ ਮੇਰੇ ਲਈ ਨੋਰਮਲ ਆ, ਤੁਹਾਨੂੰ ਵਧੀਆ ਲੱਗਦਾ ਵੀ? ਹਾਂ, ਜੋ ਵਧੀਆ ਬਾਈ ਜੀ, ਇੱਧਰ ਦੇਖੋ, ਮੈਨੂੰ ਸਟ੍ਰੈਸ ਕੋਈ ਨਹੀਂ, ਹਾਂ ਮੈਂ ਕੋਈ ਨਸ਼ਾ ਨਹੀਂ ਕਰਨਾ, ਮੇਨ ਗੱਲ ਇਹ ਤੁਹਾਡਾ ਸਾਰਾ ਦਿਨ ਹੀ ਇਹ 'ਚ ਲੰਘ ਜਾਂਦਾ ਹੋਣਾ, ਮੈਂ ਨਸ਼ਾ ਨਹੀਂ ਕਰਨਾ, ਮੈਂ ਕੋਈ ਆਸ਼ਕੀ ਦੇ ਚੱਕਰ ਨਹੀਂ ਪੈਣਾ, ਮੈਂ ਕਿਸੇ ਮੰਡੀਰ ਨਾਲ ਲੜਨ ਨਹੀਂ ਜਾਣਾ, ਕਿਉਂਕਿ ਮੇਰਾ ਫੋਕਸ 24 ਘੰਟੇ ਇਹਦੇ 'ਤੇ ਆ, ਕਿਉਂਕਿ ਇਹਦੇ 'ਤੇ ਮੈਂ ਇਨਵੈਸਟਮੈਂਟ ਕੀਤੀ ਹੋਈ ਆ, ਮੈਨੂੰ ਪਤਾ ਯਾਰ ਮੈਂ ਗਾਂਹ ਪਿਛਾਂ ਉੱਠ ਗਿਆ ਤਾਂ ਮੇਰਾ ਲੋਸ ਹੋ ਜੂਗਾ, ਇਹ ਮੈਨੂੰ ਬਿਜ਼ੀ ਰੱਖ। ਬਾਈ, ਜੇ ਨਵਾਂ ਕੋਈ ਤੁਹਾਡੇ ਮੂੰਹ ਤੋਂ ਸਿੱਖ ਕੇ, ਹਨਾ, ਦੇਖ ਕੇ ਵੀਡੀਓ ਤੁਹਾਡੇ ਤੋਂ ਕੋਈ ਕੰਮ ਕਰਨਾ ਚਾਹੇ ਇਹਨਾਂ ਦਾ, ਤਾਂ ਉਹਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈਗੀ ਪਹਿਲਾਂ? ਬਾਈ ਜੀ, ਮੈਂ ਤਾਂ ਇਹੀ ਕਹਿੰਦਾ ਵੀ ਕੋਈ ਵੀ ਬੰਦਾ ਉਹ ਇੱਕੇ ਦਾ ਇਨਵੈਸਟਮੈਂਟ ਨਾ ਕਰੇ। ਅੱਛਾ ਬਾਈ, ਥੋੜ੍ਹੀ ਜਿਹੀ ਇਨਵੈਸਟਮੈਂਟ ਕਰੇ, ਉਹ ਦੇਖੇ ਵੀ ਮੈਂ ਕਰ ਸਕਦਾ ਇਹ ਬਿਜ਼ਨਸ, ਜਦੋਂ ਉਹਦਾ ਬਿਜ਼ਨਸ ਚੱਲ ਪਿਆ ਉਸ ਤੋਂ ਬਾਅਦ ਉਹਨੂੰ ਜ਼ਿਆਦਾ ਇਨਵੈਸਟਮੈਂਟ ਕਰਨੀ ਚਾਹੀਦੀ ਆ। ਹੁਣ ਕਈ ਬੰਦੇ ਇਨਵੈਸਟਮੈਂਟ ਤਾਂ ਕਰ ਦਿੰਦੇ ਆ ਬਟ ਉਹਨਾਂ ਤੋਂ ਬਿਜ਼ਨਸ ਨਹੀਂ ਚੱਲਦਾ, ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਫੇਲੀਅਰ ਨਹੀਂ ਕਹਿੰਦੇ, ਉਹ ਕਮੈਂਟ ਕਰਦੇ ਆ ਇਹ ਯਾਰ ਬਿਜ਼ਨਸ ਫੇਲ ਆ, ਧੰਦਾ ਫੇਲ ਆ, ਉਹ ਫਿਰ ਬਿਜ਼ਨਸ ਨੂੰ ਦੋਸ਼ ਦਿੰਦੇ ਆ।
ਇਹ ਵਿੱਚ ਵੜ ਕੇ ਵੀ ਆਪ ਕਰਨਾ ਪੈਂਦਾ ਹੋਊਗਾ ਨਾਲੇ ਬਾਈ ਮੈਂ ਆਪ ਹੀ ਕਰਦਾ ਇੱਕ ਬੰਦਾ ਜ਼ਰੂਰ ਮੇਰਾ ਰੱਖਿਆ ਹੋਇਆ ਕੰਮ ਅੱਛਾ ਬਾਈ ਹੁਣ ਹੀ ਰੱਖਿਆ ਉਹ ਵੀ ਡੈਡੀ ਹਰਾਂ ਨੂੰ ਪਸ਼ੂਆਂ ਦਾ ਥੋੜਾ ਔਖਾ ਸੀਗਾ ਤਾਂ ਰੱਖਿਆ ਪਰ ਸੇਲ ਪਰਚੇਸ ਦਾ ਕਿਵੇਂ ਕਰਦੇ ਹੋ ਬਾਈ ਤੁਸੀਂ ਸੇਲ ਪਰਚੇਸ ਬਾਈ ਜੀ ਮੈਂ ਆਨਲਾਈਨ ਵਟਸਐਪ ਤੇ ਫੇਸਬੁੱਕ ਤੇ ਬਾਕੀ ਇੰਟਰਵਿਊਆਂ ਹੁੰਦੀਆਂ ਅੱਛਾ ਤੁਸੀਂ ਮੰਨ ਲਓ ਤੁਸੀਂ ਇਹਨਾਂ ਨੂੰ ਉਹ ਕਰਦੇ ਹੋ ਪਹਿਲਾਂ ਪਾਲਦੇ ਹੋ ਫੇਰ ਵੇਚਦੇ ਹੋ ਕਿ ਇਹਦਾ ਕੋਈ ਬਸ ਖਰੀਦ ਕੇ ਵੇਚਣਾ ਵੀਰੇ ਅੱਛਾ ਬਾਈ ਅੱਛਾ ਅੱਛਾ ਬਸ ਮੈਂ ਖਰੀਦਣਾ ਅੱਛਾ ਬਾਈ ਹਾਂਜੀ ਘਰ ਦੇ ਜਦੋਂ ਕਿਹਨਾਂ ਕਿਹਨਾਂ ਰੱਖਿਆ ਉਹ ਤਾਂ ਬੋਲਦੇ ਹੋਣਗੇ ਘਰ ਦੇ ਤਾਂ ਬਾਈ ਜੀ ਐਂ ਆ ਘਰਦਿਆਂ ਨੂੰ ਤਾਂ ਕੋਈ ਵੀ ਫੈਮਿਲੀ ਹੈ ਜਿੰਨਾ ਚਿਰ ਪੈਸੇ ਨਾ ਮਿਲਣ ਉਹਨਾਂ ਚਿਰ ਤਾਂ ਸਭ ਨੂੰ ਗਾਲਾਂ ਮਿਲਦੀਆਂ ਕਿਉਂ ਡਿਸਪਲੇ ਤੇ ਕੁਛ ਹੋਰ ਹੁੰਦਾ ਬੈਕ ਤੇ ਕੁਛ ਹੋਰ ਹੁੰਦਾ ਜਿਹੜੀ ਰਿਐਲਿਟੀ ਆ ਬਿਲਕੁਲ ਜਦੋਂ ਆਪਾਂ ਪੈਸੇ ਦੇਣ ਲੱਗ ਗਏ ਘਰ ਦੇ ਚੁੱਪ ਕਰ ਜਾਂਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੇਨ ਪ੍ਰੋਬਲਮ ਉਹ ਇਕੱਲਾ ਪੈਸੇ ਦੀ ਵੈਲਿਊ ਹੈ ਜੇਕਰ ਤੁਸੀਂ ਕਹੋ ਬੰਦੇ ਦੀ ਵੈਲਿਊ ਆ ਬੰਦੇ ਦੀ ਵੈਲਿਊ ਨਹੀਂ ਬਾਹਰੋਂ ਵੀ ਆਉਂਦੇ ਹੋਣਗੇ ਬਾਈ ਫੋਨ ਫਿਰ ਬਹੁਤ ਭਰਾ ਆਪਣੇ ਜੁੜੇ ਹੋਏ ਆ ਜੀ ਅੱਛਾ ਬਾਈ ਬਾਹਰੋਂ ਇੱਕ ਮੇਰਾ ਦੋਸਤ ਆ ਭਿੰਦਰ ਕੈਨੇਡਾ ਤੋਂ ਇੱਕ ਮੇਰਾ ਦੋਸਤ ਹੈਗਾ ਆਪਣਾ ਕੈਨੇਡਾ ਲੈ ਕੇ ਜਾਂਦੇ ਹੋ ਇੱਥੋਂ ਫਿਰ ਹਾਂਜੀ ਤੇ ਇੱਕ ਮਾਣ ਆ ਕੈਨੇਡਾ ਤੋਂ ਇੱਕ ਸਿੱਧੂ ਆ ਯੂ ਐਸ ਏ ਤੋਂ ਉਹਨੇ ਸਪੋਰਟ ਬਹੁਤ ਆ ਮੈਨੂੰ ਅੱਛਾ ਬਾਈ ਮੀਨਜ਼ ਬਹੁਤ ਮੈਨੂੰ ਪੁਸ਼ ਅਪ ਕਰਦੇ ਰਹਿੰਦੇ ਆ ਮੋਟੀਵੇਟ ਕਰਦੇ ਆ ਫਿਰ ਉਹ ਚੀਜ਼ ਹੌਸਲਾ ਹੁੰਦੇ ਆ ਜਿਵੇਂ ਜ਼ਰੂਰੀ ਨਹੀਂ ਕਿ ਪੈਸੇ ਦੀ ਹੈਲਪ ਮੋਟੀਵੇਟ ਕਰਦੇ ਆ ਪੂਰਾ ਗੱਲ ਕਹਦੇ ਵੀ ਯਾਰ ਤੂੰ ਬੇਫਿਕਰੋ ਵੀ ਕੱਟ ਦੇ ਮੈਂ ਤੇਰੇ ਨਾਲ ਆ ਉਹ ਚੀਜ਼ ਬਹੁਤ ਹੌਸਲਾ ਹੁੰਦਾ ਬਾਕੀ ਪਾਰਟਨਰ ਵੀਰੇ ਆਪਣੇ ਨਾਲ ਬਾਹਰੋਂ ਬਹੁਤ ਜੁੜੀਆਂ ਨੇ ਪੰਜਾਬ ਤੋਂ ਅਦਰ ਸਟੇਟਾਂ ਤੋਂ ਅਦਰ ਕੰਟਰੀਆਂ ਤੋਂ ਕਿਉਂਕਿ ਉਹਨਾਂ ਲੋਕਾਂ ਦੇ ਇੱਧਰ ਇੰਡੀਆ 'ਚ ਫਾਰਮ ਬਣੇ ਹੋਏ ਆ ਅੱਛਾ ਬਾਈ ਜਿਹੜੇ ਬਾਈ ਫਿਰ ਇਹਨਾਂ ਦੇ ਆਂਡੇ ਹੁੰਦੇ ਹੋਣਗੇ ਆਂਡੇ ਵੀਰ ਜੀ ਮੈਂ ਖਾਂਦਾ ਨਹੀਂ ਨਾ ਆਪਾਂ ਵੱਧ ਤੋਂ ਵੱਧ ਡੌਗ ਨੂੰ ਪਾਈਦੇ ਆ ਜਾਂ ਮੈਂ ਇਹਨਾਂ ਦੇ ਬੱਚੇ ਵੀ ਨਹੀਂ ਕਢਾਉਂਦਾ ਨਾ ਹੀ ਮੈਂ ਆਂਡੇ ਸੇਲ ਕਰਦਾ ਜਿੰਨੇ ਮੇਰੇ ਕੋਲ ਹੁੰਦੇ ਆ ਜਿੱਦਾਂ ਕੋਈ ਜਾਨਵਰ ਲੈਣ ਆਉਂਦਾ ਅਗਲਾ ਕਹਿੰਦਾ ਬਾਈ ਯਾਰ ਆਂਡੇ ਹੈਗੇ ਬੱਚੇ ਕਢਾਉਣ ਨੂੰ ਆਪਾਂ ਉੱਦਾਂ ਹੀ ਦੇ ਦੇਈਏ ਆਂਡਿਆਂ ਦਾ ਕੋਈ ਨਹੀਂ ਉਹ ਸੇਲ ਪਰਚੇਜ਼ ਵੀ ਨਹੀਂ ਆਂਡੇ ਕਰਦੇ ਆਂਡੇ ਹੁੰਦੇ ਆ ਸੇਲ ਪਰ ਮੈਂ ਨਹੀਂ ਸੇਲ ਕਰਦਾ ਮੈਂ ਉੱਦਾਂ ਹੀ ਦੇ ਹਾਂਜੀ ਇਹ ਜਿਹੜੇ ਟਰੈਕੀ ਨੇ ਬਈ ਆਹ ਇਹਨਾਂ ਦਾ ਖਾਸ ਕੀ ਧਿਆਨ ਰੱਖਣਾ ਪੈਂਦਾ ਕੋਈ ਬਿਮਾਰੀ ਠਮਾਰੀ ਤੋਂ ਨਹੀਂ ਬਿਮਾਰੀ ਇਹ ਸਿਆਲ ਦੇ ਵਿੱਚ ਇਹਨਾਂ ਦੇ ਬੱਚਿਆਂ ਨੂੰ ਜ਼ਰੂਰ ਪ੍ਰੋਬਲਮ ਆਉਂਦੀ ਹੈ ਰੇਸ਼ਾ ਲੱਗ ਜਾਂਦਾ ਪਰ ਵੈਸੇ ਕੋਈ ਧਿਆਨ ਨਹੀਂ ਰੱਖਣਾ ਪੈਂਦਾ ਇਹਨਾਂ ਦਾ ਇਹਨੂੰ ਲੋਕ ਸ਼ੌਂਕੀ ਤੌਰ ਤੇ ਇਹਨੂੰ ਲਿਜਾਂਦੇ ਆ ਹੁਣ ਪੈਲ ਪਾਈ ਆ ਨਾ ਬਈ ਉਹਨੇ ਪੈਲ ਪਾਈ ਜਾਂਦੇ ਆ ਇਹ ਮੇਲ ਆ ਦਿੰਦੇ ਆ ਫੀਮੇਲ ਆ ਬਾਹਰ ਆ ਬਾਕੀ ਡੌਗ ਵੀ ਦਿਖਾਉਂਦੇ ਆ ਹਾਂਜੀ ਇਹ ਜਦੋਂ ਪੈਲ ਪਾਉਂਦੇ ਮੰਨ ਲਓ ਇਹ ਹੁਣ ਮਸਤ ਹੋ ਗਏ ਪੂਰੇ ਹਾਂਜੀ ਇਹ ਮਸਤ ਹੋ ਗਿਆ ਵੀ ਆ ਪੈਲ ਪਾਈ ਜਾਂਦੇ ਰਹਿੰਦੇ ਆ ਇਹਨਾਂ ਦਾ ਖਾਣ ਪੀਣ ਕੀ ਆ ਵੀ ਇਹ ਵੀ ਫਿਰ ਅਨਾਜ ਹੀ ਖਾਂਦੇ ਨੇ ਅੱਛਾ ਇੱਕ ਤਰ੍ਹਾਂ ਦਾ ਮੁਰਗਾ ਹੀ ਆ ਬਸ ਵੈਰਾਈਟੀ ਅਲੱਗ ਆ ਨਹੀਂ ਖੁਰਾਕ ਜ਼ਿਆਦਾ ਹੁੰਦੀ ਉਹ ਫਿਰ ਇਹਨਾਂ ਦੀ ਖੁਰਾਕ ਨਹੀਂ ਜ਼ਿਆਦਾ ਸੌਂਦੀ ਐ ਪਹਿਲ ਜ਼ਿਆਦਾ ਪਾਉਂਦੇ ਆ ਖਾਂਦੇ ਘੱਟ ਆ ਅੱਛਾ ਬਾਈ ਮਾਰੇ ਨਾ weight ਵੈਸੀ ਹੀ ਹੁੰਦਾ ਬਸ ਜੀ ਵੱਡਾ ਇਹਨਾਂ ਦਾ ਹਾਂਜੀ ਅੱਛਾ ਆ ਡੌਗ ਆ ਜੀ ਅੱਛਾ ਬਾਈ ਆ ਪੋਮੇਰੀਅਨ ਆ ਜੀ ਅੱਛਾ ਜੀ ਆ ਵੀ ਪੋਮੇਰੀਅਨ ਆ ਡੈਸ਼ਹੌਂਡ ਆ ਜੀ ਆ ਵੀ ਪੋਮੇਰੀਅਨ ਆ ਇਹ ਬਾਈ ਜੋ ਕੁੱਤੇ ਖੁੱਲੇ ਛੱਡਦੇ ਨੇ ਫਿਰ ਇਹਨੇ ਵੀ ਨਹੀਂ ਕੁਝ ਕਹਿੰਦੇ ਨਾ ਨਾ ਕੁਝ ਨਹੀਂ ਕਹਿੰਦੇ ਬਾਈ ਖੇਡੀ ਜਾਂਦੇ ਨਾਲ ਹੀ ਖੇਡੀ ਜਾਂਦੇ ਇਹਨੂੰ ਇਹ ਤਾਂ ਬਾਈ ਇੱਕ ਚਿੜੀਆ ਘਰ ਕਹਿ ਸਕਦੇ ਇਹਨੂੰ ਹਨਾ ਕਹਿ ਲਓ ਬਾਈ ਜੀ ਹੱਕ ਬੰਦਾ ਕਿਉਂਕਿ ਮੰਨ ਲਓ ਜਿਵੇਂ ਆਪਾਂ ਦੇਖਿਆ ਚੰਡੀਗੜ੍ਹ ਜਾਂਦੇ ਆਪਾਂ ਵੱਡੇ ਵੱਡੇ ਉੱਥੇ ਬਰਡ ਪਾਰਕ ਖੁੱਲੇ ਨੇ ਹਨਾ ਛੱਤ ਬੀੜ ਬਣਿਆ ਹੋਇਆ ਹਾਲਾਂਕਿ ਉੱਥੇ ਇੰਨੇ ਖੁਸ਼ਗਵਾਰ ਨਹੀਂ ਹੋਣੇ ਮਿਲਦਾ ਪੰਛੀ ਕਿਉਂਕਿ ਉੱਥੇ ਆਪਾਂ ਆਮ ਦੇਖਦੇ ਹਾਂ ਕੋਈ ਹਾਂ ਬੰਦ ਰੱਖਣੇ ਪਏ ਬਿਮਾਰੀਆਂ ਲੱਗ ਜਾਂਦੀਆਂ ਮੈਂ ਨਹੀਂ ਆ ਵੀ ਜਾਲ ਜਿਹੜਾ ਲਾਇਆ ਇਹ ਦੂਜੇ ਜਿਹੜੇ ਪੰਛੀਆਂ ਦੇ ਉੱਤੇ ਅਟੈਕ ਕਰਦੇ ਆ ਬਾਜ ਬੂਜ ਉਹਨਾਂ ਵਾਸਤੇ ਲਾਇਆ ਜਾਂ ਨਵੇਂ ਕਬੂਤਰ ਉੱਡ ਜਾਂਦੇ ਆ ਵੈਸੇ ਮੇਰੇ ਜ਼ਿਆਦਾਤਰ ਖੁੱਲੇ ਹੀ ਹੁੰਦੇ ਆ ਬਈ ਇੱਕ ਤਾਂ ਨਾ ਜਿਵੇਂ ਅੱਜ ਦੇ ਨੌਜਵਾਨ ਹੁਣ ਹਰੇ ਕਮਾਉਣਾ ਚਾਹੁੰਦਾ ਕੋਈ ਬਿਜ਼ਨਸ ਕਰਕੇ ਨਾ ਜਿਵੇਂ ਝੀਂਗਾ ਫਾਰਮ ਬਹੁਤ ਲਾਈ ਬੈਠੇ ਆਪਣੇ ਸੂਰ ਫਾਰਮ ਲਾਈ ਬੈਠੇ ਨੇ ਹਨਾ ਵੱਖੋ ਵੱਖਰੇ ਕੰਮ ਕਰਦੇ ਨੇ ਆਮਦਨ ਦੇ ਲਈ ਜੇ ਮੈਂ ਦੇਖਾਂ ਆਮਦਨ ਦੇ ਪਰਪਸ ਤੋਂ ਇਹ ਵਧੀਆ ਸਿਸਟਮ ਹੈ ਬਹੁਤ ਵਧੀਆ ਬਾਈ ਆਏ ਤੁਹਾਨੂੰ ਮੈਂ ਦਿਖਾਉਣਾ ਬਾਹਰ ਵੀ ਮੇਰੇ ਨਾਲ ਬੱਕਰੀਆਂ ਰੱਖੀਆਂ ਹੋਣਾ ਹੁਣ ਬੱਕਰੀਆਂ ਨੂੰ ਲੋਕ ਬਹੁਤ ਬੰਦੇ ਕਹਿ ਦਿੰਦੇ ਆ ਵੀ ਬੱਕਰੀਆਂ ਦਾ ਧੰਦਾ ਜਿਹੜਾ ਐਡਾ ਵਧੀਆ ਧੰਦਾ
ਤਾਂ ਉਸ ਤੋਂ ਬਾਈ ਉਹਨਾਂ ਦੇ ਆਪਾਂ ਪਹਿਲਾਂ ਤੁਸੀਂ ਦੇਖਿਆ ਪਿੱਛੇ ਕਿੰਨੇ ਸਾਰੇ ਪੰਛੀ ਜਾਨਵਰ ਰੱਖੇ ਹੋਏ ਸੀ, ਔਰ ਨਾਲ ਉਹਨਾਂ ਨੇ ਇੱਕ ਹੋਰ ਤੁਹਾਨੂੰ ਦੱਸੀਏ ਕਿ ਬੱਕਰੀਆਂ ਵੀ ਰੱਖੀਆਂ ਹੋਈਆਂ, ਮੈਂਸਾਂ ਗਾਈਆਂ ਸਾਰੇ ਉਹਨਾਂ ਨੇ ਰੱਖਿਆ, ਜਾਣੀ ਕਿ ਜਾਨਵਰਾਂ ਨੂੰ ਬਹੁਤ ਪਿਆਰ ਕਰਨ ਵਾਲੇ ਨੇ ਬਾਈ, ਦੇਖ ਸਕਦੇ ਹੋ ਤੁਸੀਂ, ਨਾਲੇ ਮੁਨਾਫਾ ਚੰਗਾ ਆਉਂਦਾ, ਨਾਲੇ ਇੱਕ ਗੱਲ ਹੋਰ ਹੋ ਜਾਂਦੀ ਹੈ ਜਿਵੇਂ ਮੈਂ ਬਾਈ ਗੱਲ ਕਰ ਰਿਹਾ ਸੀ ਆਪਾਂ ਮੁਨਾਫੇ ਦੀ ਗੱਲ ਕਰਦੇ ਸੀ ਨਾ, ਵੀ ਹਰੇਕ ਕੋਈ ਧੰਦਾ ਅੱਜ ਕੱਲ੍ਹ ਨੌਜਵਾਨ ਕਰ ਰਿਹਾ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਬਹੁਤ ਕਰ ਰਹੀ ਆ ਹੁਣ ਹਾਲਾਂਕਿ, ਪਰ ਮੈਂ ਉਹੀ ਪੁੱਛਦਾ ਸੀ ਵੀ ਇਹ ਸਾਰਾ ਜਿਹੜਾ ਸਿਸਟਮ ਹੈ ਤਾਮ ਜਾਮ ਹੈ ਪੂਰਾ, ਮਤਲਬ ਮੁਨਾਫੇ ਦੇ ਲਈ ਬੈਸਟ ਹੈ, ਆਮਦਨ ਦਾ ਸਰੋਤ ਕਿਵੇਂ ਹੈ? ਹੁਣ ਬਾਈ ਜੀ ਆਹ ਬੱਕਰਾ ਇਹਦਾ ਫਾਦਰ ਚੈਂਪੀਅਨ ਹੈ ਜੀ ਫੁੱਲੇ ਵਾਲੀ ਮੰਡੀ ਤੋਂ। ਅੱਛਾ ਜੀ, ਸ਼ੈਰੀ ਨੇ ਬਖਸ਼ ਘੋੜੇ ਵਾਲੇ ਨੇ ਮੈਨੂੰ ਗਿਫਟ ਕੀਤਾ ਸੀਗਾ ਬੱਚਾ। ਅੱਛਾ, ਉਦੋਂ ਇਹ ਖੀਰਾ ਸੀ, ਹੁਣ ਦੋ ਦੰਦ ਹੋ ਗਿਆ ਤੇ ਇੱਕ ਪੱਠ ਇੱਥੇ ਗਿਫਟ ਕੀਤੀ ਸੀ। ਹੁਣ ਇਹ ਬੱਕਰੀਆਂ ਦਾ ਸ਼ੌਂਕ ਜਿਹੜਾ ਮੇਰੇ ਫਾਦਰ ਸਾਹਿਬ ਨੂੰ ਸੀ, ਮੈਂ ਫਾਦਰ ਸਾਹਿਬ ਨੂੰ ਰੋਕਦਾ ਹੁੰਦਾ ਸੀ ਵੀ ਤੂੰ ਕਿੱਧਰ ਬੱਕਰੀਆਂ ਦੇ ਨਾਲ ਤੁਰਿਆ ਫਿਰਦਾ। ਉਹ ਜਦੋਂ ਮੈਂ ਵੀ ਇੱਕ ਦੋ ਵਾਰੀ ਵੀ ਬੱਕਰੀਆਂ ਦੀ ਮੰਡੀ ਨਾਲ ਗਏ ਤੇ ਮੈਂ ਉੱਥੇ ਸੌਦੇ ਹੁੰਦੇ ਦੇਖੇ, ਇੰਟਰਸਟਡ ਚੀਜ਼ਾਂ ਦੇਖੀਆਂ, ਤੇ ਮੈਂ ਵੀ ਬਾਈ ਜੀ ਉੱਥੇ ਨਾ ਬੱਕਰੀਆਂ ਖਰੀਦ ਕੇ ਮੰਨ ਕੇ ਚੱਲੋ ਤੇ ਵੇਚਣੀਆਂ ਸਟਾਰਟ ਕਰਤੀਆਂ। ਜਦੋਂ ਮੈਨੂੰ ਚੰਗਾ ਮੁਨਾਫਾ ਹੋਇਆ, ਜਦੋਂ ਕਿਸੇ ਵੀ ਬਿਜ਼ਨਸ ਦੇ ਵਿੱਚ ਬਾਈ ਜੀ ਮੁਨਾਫਾ ਹੋਣ ਲੱਗ ਜੇ ਨਾ ਤਾਂ ਮੰਨੋ ਬਲੀ ਜੀ ਲੱਗਦਾ, ਬਿਜ਼ਨਸ ਆਟੋਮੈਟਿਕਲੀ ਵਧਗਾ ਲੱਗਣ ਲੱਗ ਗਿਆ। ਹੁਣ ਆਹ ਦੇਖੋ ਆਹ ਬੱਕਰੀ ਦਾ ਮੈਨੂੰ 1,00,000 ਰੁਪਇਆ ਲੱਗਿਆ ਹੋਇਆ। ਬਹੁਤ ਬੰਦੇ ਕਹਿਣਗੇ ਝੂਠ ਆ, ਜਿਹਨੂੰ ਬੱਕਰੀ ਬਾਰੇ ਜਾਣਕਾਰੀ, ਹੁਣ ਇਹਦੀ ਹਾਈਟ ਹੈ ਜਿਹੜੀ ਉਹ 38 ਇੰਚ, ਕੰਨ ਦੀ ਲੈਂਥ ਬਹੁਤ ਵਧੀਆ, ਫੇਰ ਇਹ ਬੀਟਲ ਆ ਬਾਈ, ਇਹ ਬੀਟਲ ਆ ਜੀ, ਇਹ ਆਪਣੀ ਹੋਮ ਬਰੀਡਿੰਗ ਦੀ ਬੱਕਰੀ ਆ। ਹੁਣ ਇਹ ਮੈਂ ਸੇਲ ਨਹੀਂ ਕੀਤੀ। ਅੱਛਾ ਬਾਈ, ਹੁਣ ਲੋਕ ਮੇਰੇ ਕੋਲ ਆਉਂਦੇ ਆ ਇਹਨਾਂ ਕਰਕੇ ਆਉਂਦੇ ਆ, ਕਿਉਂਕਿ ਪੈਸਾ ਤਾਂ ਬਾਈ ਆਉਣਾ ਤੇ ਜਾਣਾ ਤੇ ਵਰਤਿਆ ਜਾਣਾ, ਠੀਕ ਹੈ ਜੀ। ਉਹ ਚੀਜ਼ਾਂ ਹੁਣ ਜਿਵੇਂ ਇਹ ਮੱਝਾਂ, ਇਹ ਦੋਨੇ ਮੇਰੇ ਘਰ ਦੀਆਂ ਮੱਝਾਂ। ਅੱਛਾ ਬਾਈ, ਉਹ ਪਰੇ ਸਾਨ ਖੜਾ ਆ ਜੋ ਤੁਹਾਨੂੰ ਮੈਂ ਦਿਖਾਉਣਾ, ਇਹ ਸੁਲਤਾਨ ਦਾ ਬੱਚਾ ਬਾਈ ਜੀ। ਅੱਛਾ, ਸੁਲਤਾਨ ਦਾ ਇਹ? ਹਾਂਜੀ, ਤੇ ਹੁਣ ਤਾਂ ਐਕਸਪਾਇਰ ਹੋ ਗਿਆ ਇਸ ਟਾਈਮ। ਹਾਂ ਹਾਂ, ਇਹ ਨੀਅਰ ਬੋਰਡ ਪਿੱਛੇ ਜੀ ਹੋਇਆ, ਹਾਂ 3-3.5 ਸਾਲ ਇਹਦੀ ਉਮਰ ਹੈ ਬਾਈ ਜੀ। ਤੇ ਇਹ 3 ਸਾਲ ਦੀ ਉਮਰ ਆ ਬਾਈ? ਹਾਂ, ਇਹ 3-3.5 ਸਾਲ ਦੀ ਉਮਰ ਹੈ ਇਹ ਨਾ, ਤੇ ਇਹਦੀ ਮਦਰ ਰਿਕਾਰਡ ਆ ਜਿਹੜਾ ਉਹ 23 ਲੀਟਰ 700 ਗ੍ਰਾਮ ਆ। ਅੱਛਾ, 23 ਲੀਟਰ 700 ਗ੍ਰਾਮ ਇਹਦਾ ਮਦਰ ਰਿਕਾਰਡ, ਠੀਕ ਹੈ ਜੀ। ਅੱਛਾ ਅੱਛਾ ਬਾਈ, ਇਹਨੂੰ ਹੁਣ ਵਧੀਆ ਕ੍ਰੋਸਿੰਗ ਲਈ ਇਹਦੇ ਕੋਲ ਮੱਝਾਂ ਆਉਂਦੀਆਂ, ਤੇ ਇਹ ਵੀ ਵਧੀਆ, ਇਹਦੇ ਤੋਂ ਵੀ ਆਪਾਂ ਨੂੰ ਵਧੀਆ ਇਨਕਮ ਜਿਹੜੀ ਜਨਰੇਟ ਹੁੰਦੀ ਆ, ਤੇ ਨਾਲੇ ਮੰਨ ਲਾ ਵੀ ਆਪਣਾ ਸ਼ੌਂਕ ਪੂਰਾ ਹੋਈ ਆ ਤੇ ਨਾਲੇ ਇੱਕ ਬਿਜ਼ਨਸ ਵੀ ਇਹਨੂੰ ਕਹਿ ਸਕਦੇ ਆਪਾਂ ਜੀ। ਇਹ ਕਿੰਨੀ ਉਮਰ ਕਿੰਨੀ ਹੁੰਦੀ ਆ ਬਾਈ ਜੀ ਮੈਕਸੀਮਮ? ਫਿਰ ਮੈਕਸੀਮਮ ਤਾਂ ਬਾਈ ਜੀ ਬਹੁਤ ਉਮਰ ਹੁੰਦੀ ਆ ਪਸ਼ੂਆਂ ਦੀ, ਤਾਂ 15-15-20 ਸਾਲ ਤੱਕ ਚੱਲੀ, ਬਾਕੀ ਕੇਅਰ ਕਰਨ ਤੇ ਆਪਦੇ, ਬਾਕੀ ਕੇਅਰ ਕਰਨ ਤੇ ਡਿਪੈਂਡ ਆ ਜੀ। ਆਹ ਹੁਣ ਝੋਟੀ ਸੀ ਸਾਡੇ ਕੋਲੇ, ਇਹ 26 ਮਹੀਨਿਆਂ ਦੀ ਸੂਪ ਹੀ ਸੀ, ਲੋਕ 26 ਮਹੀਨਿਆਂ ਦੀਆਂ ਝੋਟੀਆਂ 25 ਮਹੀਨਿਆਂ ਦੀਆਂ ਕ੍ਰੋਸ ਕਰਾਉਂਦੇ, 26 ਮਹੀਨਿਆਂ ਦੀ ਆਪਣੇ ਕੋਲ ਸੂਪ ਹੀ ਸੀ। ਦੁੱਧ ਕਿੰਨਾ ਕੁ ਦੇਂਦੀਆਂ ਬਾਈ? ਦੁੱਧ ਵੀਰੇ ਨੋਰਮਲ ਡਾਈਟ ਤੇ ਆਪਣਾ ਦੇ ਦਿੰਦੀਆਂ 15 ਲੀਟਰ 16। ਅੱਛਾ ਬਾਈ, ਹਾਂਜੀ ਬਾਈ, ਮੰਨ ਲਓ ਸਾਰਾ ਘਰੋਂ ਫਿਰ ਦੁੱਧ ਤੁਸੀਂ ਇੱਥੋਂ ਹੀ ਆਪਦਾ ਦੁੱਧ, ਬਸ ਇੱਕ ਟਾਈਪ ਦੀ ਔਰਗੈਨਿਕ ਵੀ ਹੋ ਗਿਆ ਸਾਰਾ, ਖਾਣ ਪੀਣ ਵੀ ਖੁਦ ਨੂੰ ਹੋ ਗਿਆ, ਡੋਗ ਨੂੰ ਹੋ ਗਿਆ, ਬਾਕੀ ਥੋੜਾ ਬਹੁਤ ਡੈਰੀ ਤੇ ਵੀ ਪਾ ਦਈਦਾ, ਅੱਛਾ ਅੱਛਾ, ਆਪ ਵੀ ਪੀ ਲਈਦਾ, ਬਾਕੀ ਇਹਨਾਂ ਨੂੰ ਇਹਨੂੰ ਬੱਕਰੇ ਨੂੰ ਪਿਆਈਦਾ, ਕਿਉਂਕਿ ਇਹਨੂੰ ਰੱਖਣਾ, ਤਿਆਰ ਕਰਨਾ, ਸਟੱਡ ਰੱਖਣਾ ਇਹ, ਕਿਉਂਕਿ ਕੁਆਲਿਟੀ ਬਹੁਤ ਵਧੀਆ ਜੀ। ਇਹਦੀ ਕਿੰਨੀ ਉਮਰ ਹੋ ਬਈ? ਇਹ ਹਜੇ ਬਾਈ ਜੀ 10 ਕੁ ਮਹੀਨਿਆਂ ਦੇ ਕਰੀਬ ਹੈ। ਅੱਛਾ, 10-11 ਮਹੀਨਿਆਂ ਦਾ। ਇਹ ਵੀ ਬਾਈ ਫਿਰ ਤੁਸੀਂ ਸੇਲ ਪਰਚੇਸ ਕਰਦੇ ਹੋ? ਇਹ ਆਪਾਂ ਨੂੰ ਗਿਫਟ ਆਇਆ ਬਾਈ ਜੀ, ਆਪਾਂ ਸੇਲ ਨਹੀਂ ਕਰਨੇ। ਨਹੀਂ, ਮੰਨ ਲਓ ਸਾਰੀਆਂ ਦੂੰ ਵੈਸੇ, ਇਹ ਸਾਰੀਆਂ ਹੋਮ ਬਰੀਡਿੰਗ ਆ ਗਈਆਂ ਜੀ। ਅੱਛਾ, ਇਹਨਾਂ ਦੇ ਵਿੱਚ ਉਹ ਬੱਕਰਾ ਸੇਲ ਲੱਗਦਾ ਬੱਚਾ ਜਿਹੜਾ ਛੋਟਾ, 3.5 ਮਹੀਨਿਆਂ ਦਾ ਆ ਬੱਚਾ, ਇਸੇ ਬੱਕਰੀ ਦਾ ਇਹ। ਅੱਛਾ ਬਾਈ, ਇਹ ਸੇਲ ਆ, ਬਾਕੀ ਉਹ ਘਰ ਵਾਲੀਆਂ 2 ਸੇਲ ਆ, ਤੇ ਬਾਕੀ ਇਹ ਰੱਖੇ ਹੋਏ ਆ ਬਰੀਡਿੰਗ ਵਾਸਤੇ, ਬੱਚਾ 3.5 ਮਹੀਨੇ ਦਾ। ਅੱਛਾ ਬਾਈ, ਇਹ ਬਈ ਅੱਜ ਜਿਵੇਂ ਇਹ ਤਾਂ ਫਿਰ ਇੱਕ ਤਾਂ ਇਹ ਵੀ ਹੋ ਜਾਂਦਾ ਕਿ ਨਾਲ ਤੁਹਾਡਾ ਆਪਦਾ ਵੀ ਜੀ ਲੱਗ ਜਾਂਦਾ ਸਾਰਾ ਦਿਨ, ਹਨਾ 10-12 ਘੰਟੇ ਨੇ ਜਿਹੜੀ ਰਿਸਪੈਕਟ ਆ ਤੇ ਇੱਜ਼ਤ ਆ ਨਾ, ਇਹਨਾਂ ਕਰਕੇ
ਬਹੁਤ ਮਿਲਦੀ ਆ। ਹੁਣ ਤੁਸੀਂ ਮੇਰੇ ਕੋਲ ਸਪੈਸ਼ਲ ਆਏ, ਬਿਲਕੁਲ ਬਈ, ਮੇਰੇ ਕਰਕੇ ਤੁਸੀਂ ਮੇਰੇ ਇਹਨਾਂ ਕਰਕੇ ਆਏ, ਤੇ ਇਹ ਮੈਂ ਕੁਛ ਵੀ ਨਹੀਂ, ਮੈਂ ਜੋ ਵੀ ਆ ਪਹਿਚਾਣ ਆ ਤੁਹਾਡੀ, ਇਹਨਾਂ ਕਰਕੇ ਮੇਰੀ ਪਹਿਚਾਣ ਆ। ਆ ਜਿੰਨਾ ਵੀ ਲੋਕਾਂ ਦਾ ਪਿਆਰ ਆ, ਜਿੰਨੇ ਵੀ ਲੋਕਾਂ ਨਾਲ ਜੁੜਿਆ, ਲੋਕ ਬਾਈ ਦੂਰੋਂ ਦੂਰੋਂ ਜੁੜੇ ਹੋਣਗੇ ਫਿਰ ਤੁਹਾਡੇ ਨਾਲ। ਉਹ ਬਾਈ ਸੀਐਮ ਹਾਊਸ ਤੱਕ, ਸੀਐਮ ਹਾਊਸ ਮੈਂ ਬਹੁਤ ਵਾਰੀ ਜਾਨਵਰ ਭੇਜੇ। ਅੱਛਾ, ਹਾਂਜੀ, ਕੈਪਟਨ ਵੇਲੇ ਕਿ ਬਾਦਲ ਵੇਲੇ ਕਿ ਹੁਣ ਕੈਪਟਨ ਵੇਲੇ ਵੀ ਤੇ ਹੁਣ ਵੀ ਸੀਐਮ ਹਾਊਸ। ਅੱਛਾ, ਹੁਣ ਵੀ ਭੇਜੇ ਨੇ? ਭੇਜੇ ਕੈਪਟਨ ਵੇਲੇ ਵੀ ਭੇਜੇ ਬਾਈ। ਬਾਕੀ ਜਿਵੇਂ ਆਪਣੇ ਕਲਤਾਰ ਸੰਧਵਾ ਹੋ ਗਏ ਤੇ ਆਪਣੇ ਮੀਤ ਹੇਅਰ ਹੋ ਗਏ, ਤੇ ਇਹਨਾਂ ਨੇ ਸਾਰੇ ਮੇਰੇ ਕੋਲ ਘੋੜਿਆਂ ਵਾਲੇ ਮੰਡੀ ਤੇ ਵਿਜ਼ਿਟ ਕਰਦੇ ਆ ਬਾਈ। ਅੱਛਾ ਬਾਈ, ਹਾਂਜੀ, ਸਾਰੇ ਬਹੁਤ ਵਧੀਆ ਪਿਆਰ ਹੈ ਜੀ ਸਾਰਿਆਂ ਨਾਲ ਆਪਣਾ, ਇਹਨਾਂ ਕਰਕੇ। ਪਰ ਉਹੀ ਮੈਂ ਜਿਵੇਂ ਆਪਾਂ ਗੱਲਾਂ ਕੀਤੀਆਂ ਵੀ ਪਹਿਲਾਂ ਬਹੁਤ ਸਾਰੇ ਰੁਜ਼ਗਾਰ ਅੱਜ ਲੋਕ ਅਪਣਾ ਰਹੇ ਨੇ, ਤਾਂ ਇਹ ਵੀ ਸਭ ਤੋਂ ਬੈਸਟ ਹੈ, ਕੋਈ ਮਾੜਾ ਨਹੀਂ ਹੈਗਾ, ਬਹੁਤ ਵਧੀਆ ਵਧੀਆ। ਪਰ ਜਿੰਨਾ ਟਾਈਮ ਤੁਹਾਡੇ, ਕਿਉਂਕਿ ਲੋਕ ਪਰ ਆਪ ਵਿੱਚ ਵੜਨਾ ਪੈਂਦਾ ਹਨਾ ਬਾਈ, ਜਿੰਨਾ ਟਾਈਮ ਆਪਾਂ ਆਪ ਨਹੀਂ ਵੜਦੇ ਬਾਈ ਜੀ, ਉਹਨਾਂ ਜਰ ਆਪਾਂ ਨੂੰ ਮੰਨ ਲਾ ਆਪਾਂ ਇਹਨਾਂ ਦੀ ਕੇਅਰ ਹੀ ਨਹੀਂ ਕਰਦੇ, ਕੇਅਰ ਹੀ ਨਹੀਂ ਕਰਦੇ, ਕਿਉਂਕਿ ਦੂਜੇ ਬੰਦੇ ਨੇ ਤਾਂ ਪੈਸੇ ਲੈਣੇ, ਉਹਨੇ ਫਾਰਮੈਲਿਟੀ ਕਰਨੀ, ਖੁਦ ਨੂੰ ਵਿੱਚ ਰਹਿਣਾ ਪੈਂਦਾ। ਤੇ ਦੂਜੀ ਗੱਲ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ, ਸਭ ਸੇ ਬੜਾ ਰੋਗ ਕਿਆ ਕਹੇਗੇ ਲੋਕ, ਲੋਕਾਂ ਤੋਂ ਕੀ ਲੈਣਾ ਵੀਰੇ, ਆਪਣੀ ਮਿਹਨਤ ਆ ਆਪਾਂ, ਕਿਉਂਕਿ ਅੱਜ ਆਪਣੇ ਤੇ ਚੰਗਾ ਸਮਾਂ, ਲੋਕ ਆਪਾਂ ਨੂੰ ਜਫ਼ਾਂ ਪਾਉਣਗੇ, ਆਪਣੇ ਤੇ ਮਾੜਾ ਟਾਈਮ ਆ ਗਿਆ ਵੀਰੇ, ਅਗਲਾ ਮੂੰਹ ਪਾਸੇ ਕਰਕੇ ਲੰਘਦਾ, ਅਗਲਾ ਕਹਿੰਦਾ ਯਾਰ ਮੰਗ ਨਾ ਲਵੇ ਕੁਝ, ਮਾੜੇ ਟਾਈਮ ਤੇ ਬਈ ਕੋਈ ਨੀ ਮੰਨ ਲਾ ਆਪਣੀ ਹੈਲਪ ਕਰਦਾ। ਤੇ ਪਰ ਮੈਂ ਤਾਂ ਇਹ ਕਹਿੰਦਾ ਵੀ ਆਪਦਾ ਬਿਜ਼ਨਸ ਆ, ਵਧੀਆ ਧੰਦਾ ਕਰੋ ਤੇ ਵਧੀਆ ਆਪਦਾ ਕੰਮ। ਅਖੀਰ ਤੇ ਮੈਂ ਤੁਹਾਨੂੰ ਪੁੱਛਣ ਜਾਊਂਗਾ ਬਈ, ਮੌਸਮ ਦਾ ਵੀ ਫਿਰ ਪੂਰਾ ਧਿਆਨ ਰੱਖਣਾ ਪੈਂਦਾ ਹੋਗਾ, ਜਿਵੇਂ ਕਬੂਤਰ ਨੇ ਸਹੇ ਨੇ, ਜਿਵੇਂ ਮੌਸਮ ਚੇਂਜ ਹੁੰਦਾ ਜੀ, ਮੌਸਮ ਦੇ ਨਾਲ ਜਿਵੇਂ ਇਨਸਾਨਾਂ ਨੂੰ ਪ੍ਰੋਬਲਮ ਆਉਂਦੀ ਆ, ਸੇਮ ਇਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਆ। ਮੇਰੀ ਸਟੱਡੀ ਵੀਰੇ ਡੀ ਫਾਰਮੇਸੀ ਕੀਤੀ ਹੋਈ ਆ, ਆਲਮੋਸਟ ਮੇਰੇ ਤੋਂ ਜ਼ਿਆਦਾ ਪਤਾ ਹੁਣ, ਹਾਂਜੀ, ਟੋਟਲ ਪਤਾ। ਬਾਕੀ ਜਿਹੜਾ ਬੰਦਾ ਵੈਸੇ ਵੀ ਅਨਪੜ੍ਹ ਵੀ ਬੰਦਾ ਜਦੋਂ ਵਿੱਚ ਰਹਿਣ ਲੱਗ ਜਾਂਦਾ, ਉਹ ਗਰਮੀਆਂ 'ਚ ਬਈ ਉਹਨਾਂ ਨੂੰ ਫਿਰ ਏਸੀ ਊਸੀ ਵਾਲਾ ਇਹਦਾ ਕੋਈ ਨਹੀਂ, ਇਹਨਾਂ ਨੂੰ ਕੋਈ ਲੋੜ ਨਹੀਂ, ਵੈਸੇ ਡੌਗ ਵਗੈਰਾ ਹੈਗੇ ਆ ਉਹਨਾਂ ਨੂੰ ਆਪਾਂ ਲਾਈਦੇ ਆ ਪੱਖੇ, ਇਹਨਾਂ ਨੂੰ ਕੋਈ ਲੋੜ ਨਹੀਂ, ਮੇਨਟੇਨ ਕਰ ਲਈਦੇ ਆ। ਬੱਕਰੀਆਂ ਨੂੰ, ਮੱਝਾਂ ਨੂੰ ਆਪਣੇ ਪੱਖੇ ਲੱਗੇ ਹੋਏ ਆ ਉੱਥੇ, ਤੇ ਬਾਕੀ ਹੁਣ ਖੁੱਡਿਆਂ ਦੇ ਵਿੱਚ ਦੂਜੇ ਜਸਟ ਫੈਨ ਲਾਵਾਂਗੇ, ਜਿਹੜੇ ਹੁਮ ਸੇੜੀ ਬਾਹਰ। ਹੁਣ ਤੱਕ ਬਾਈ ਜੇ ਮੈਂ ਪੁੱਛਾਂ, ਮਹਿੰਗੀ ਤੋਂ ਮਹਿੰਗੀ ਕਿਹੜੀ ਸੇਲ ਕਰ ਚੁੱਕੇ ਹੋ ਸੀ, ਕਿੰਨੇ ਦੀ ਕਰ ਚੁੱਕੇ ਹੋ? ਬਾਈ ਇੱਦਾਂ ਤਾਂ ਮੇਰੇ ਯਾਦ ਨਹੀਂ, ਪਰ ਵੈਸੇ ਇੱਕ ਡੌਗ ਕੀਤਾ ਸੀ ਮੈਂ 1.25 ਲੱਖ ਦਾ ਸੇਲ। ਅੱਛਾ ਬਾਈ, ਹਾਂਜੀ, ਤੇ ਮੱਝਾਂ ਤਾਂ 1.5 ਲੱਖ ਤੱਕ ਆਮ ਦੇ ਦਿੰਦੀਆਂ, ਇਹਦਾ ਸਾਂਭ ਦਾ ਮੈਨੂੰ 2.5 ਲੱਖ ਰੁਪਇਆ ਲੱਗਿਆ ਹੋਇਆ ਹੈ, ਇਹ ਮੈਂ ਦੇਣਾ ਨਹੀਂ ਵੀਰੇ। ਅੱਛਾ, ਇਹਦਾ ਸਾਂਭ ਕੇ ਰੱਖਣਾ ਫਿਰ? ਹਾਂਜੀ, ਸਾਂਭ ਕੇ ਰੱਖਣਾ, ਕਿਉਂਕਿ ਉਮਰ ਵੀ ਕੋਈ ਨਹੀਂ ਬਾਈ ਇਹਦੀ ਹਜੇ। ਨਹੀਂ ਨਹੀਂ, ਇਹ ਆਪਾਂ ਵੀਰੇ ਬਰੀਡ ਤਿਆਰ ਕਰਨੀ ਲੋਕਾਂ ਕੋਲੇ, ਮੀਂਹਦੇ ਦਾ ਰਿਜ਼ਲਟ ਬਹੁਤ ਵਧੀਆ, ਆਹ ਬੱਚੇ ਇਹਦੇ ਹੀ ਆ ਦੋਨੇ, ਉਧਰ ਬੈਠੀ ਆ ਕੱਟੀ, ਇੱਕ ਆਹ ਕੱਟੀ ਬੈਠੀ ਆ, ਆਪਾਂ ਬਰੀਡ ਤਿਆਰ ਕਰਨੀ ਇਹਦੀ, ਸੇਲ ਨਹੀਂ ਕਰ। ਇਹਦਾ ਵਜ਼ਨ ਕਿੰਨਾ ਹੋਊਗਾ ਬਾਈ? ਵਜ਼ਨ ਹੋਊਗਾ ਘੱਟੋ ਘੱਟ ਬਾਈ 5-6 ਕੁਇੰਟਲ, ਨੀਅਰ ਅਬਾਊਟ ਤਾਂ ਆਰਾਮ ਨਾਲ ਹੋਊਗਾ ਜੀ। ਹਾਂਜੀ, ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਵੀਡੀਓ ਦੇਖ ਕੇ ਕਿਸੇ ਨੇ, ਤਾਂ ਪਿੰਡ ਦਾ ਨਾਮ ਆਪਣਾ ਤੇ ਫੋਨ ਨੰਬਰ? ਹਾਂਜੀ, ਆਪਣਾ ਪਿੰਡ ਵਾੜਾ ਕਿਸ਼ਨਪੁਰਾ ਜੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਨੇੜੇ ਮੱਲਣ। ਜਿਹੜਾ ਮੇਰਾ ਵਟਸਐਪ ਨੰਬਰ ਆ ਉਹ 9780100123, ਤੇ ਜਿਹੜਾ ਮੇਰਾ ਕਾਲਿੰਗ ਨੰਬਰ ਆ ਉਹ 8360656600, ਤੇ ਜਿਹੜਾ ਮੇਰਾ ਇੰਸਟਾਗ੍ਰਾਮ ਆਈਡੀ ਆ ਉਹ ਬਰਾਡ ਫਾਰਮ ਸ੍ਰੀ ਮੁਕਤਸਰ ਸਾਹਿਬ ਆ, ਫਲੈਕਸ ਤੁਸੀਂ ਦਿਖਾ ਦਿਓ, ਇਹਦੇ ਉੱਤੇ ਮੇਰੀ ਸਾਰੀ ਡਿਟੇਲ ਜਿਹੜੀ ਉਹ ਲਿਖੀ ਹੋਈ ਹੈ। ਬਹੁਤ ਬਹੁਤ ਧੰਨਵਾਦ ਵੀਰੇ। ਤਾਂ ਤੁਸੀਂ ਦੇਖੀਏ ਮੁਲਾਕਾਤ ਬਾਈ ਉਹਨਾਂ ਨਾਲ, ਤੁਹਾਨੂੰ ਦਿਖਾਇਆ ਕਿ ਕਿਵੇਂ ਜਾਨਵਰਾਂ ਦੇ ਨਾਲ ਪ੍ਰੇਮ ਪਿਆਰ ਪਾ ਕੇ ਵੀ ਤੁਸੀਂ ਮੁਨਾਫਾ ਵੀ ਕਰ ਸਕਦੇ ਹੋ, ਕੰਮ ਵੀ ਕਰ ਸਕਦੇ ਹੋ, ਔਰ ਤੁਹਾਡਾ ਚਿੱਤ ਵੈਸੇ ਹੀ ਖੜਿਆ ਰਹਿੰਦਾ, ਕਿਉਂਕਿ ਜਾਨਵਰ ਕਿਤੇ ਨਾ ਕਿਤੇ ਸਟ੍ਰੈਸ ਰਿਲੀਫ ਹੁੰਦੇ ਆ। ਤਾਂ ਸਹਾਇਕ ਧੰਦੇ ਦੀ ਖੋਜ ਦੇ ਵਿੱਚ ਜਿਹੜੇ ਨੌਜਵਾਨ ਤੁਰ ਫਿਰ ਰਹੇ ਨੇ, ਉਹਨਾਂ ਨੂੰ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ। ਪਰ ਸਿੱਖਣ ਦੀ ਇਹ ਲੋੜ ਹੈ ਕਿ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਲੇਬਰ ਤੋਂ ਹੀ ਕੰਮ ਕਰਾਓ, ਸਗੋਂ ਆਪ ਵੀ ਤੁਹਾਨੂੰ ਵਿੱਚ ਜਿਹੜਾ ਇਸਦੇ ਵੜਨਾ ਪਊਗਾ, ਤਾਂ ਹੀ ਜਿਹੜਾ ਤੁਸੀਂ ਇਸ ਤੋਂ ਚੰਗਾ ਮੁਨਾਫਾ, ਜਿਵੇਂ ਕਣਕ ਝੋਨੇ ਤੋਂ ਛੱਡ ਕੇ ਜਿਹੜਾ ਚੰਗਾ ਲੱਖਾਂ ਰੁਪਏ ਦਾ ਮੁਨਾਫਾ ਤੁਸੀਂ ਮਹੀਨਿਆਂ ਸਾਲਾਂ ਦੇ ਵਿੱਚ ਕਮਾ ਸਕਦੇ ਹੋ ਘੱਟ ਇਨਵੈਸਟਮੈਂਟ ਕਰਕੇ। ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮਨਦੀਪ ਜੋਤ, ਪ੍ਰੋ ਪੰਜਾਬ ਟੀਵੀ।